सुकहु डाल गुर से अहनिस सहज शोभाय दर्शन परसे गुरु के जन्म मरण दुख जा हो सिफत खसम दे नूर अरसों तुद डिठे सचे पातशाह मल जन्म जन्म दी सजन सचा पातशाह सिर शाह जिस पास बैठियां सो ही है सबना सजन सच्चा पातशाह सिर शाह जिस पास बैठियां सो ही है सबना दा सतनाम वाहिगुरु साहिब जीओ गुरमुख मार्ग चलना आस निरासी चीड़ उचीड़ी सहज सरोवर सच खंड साध संगत सच तखत हरीड़ी चढ़ एक ही पत पौड़ियां निरंकार गुर शब्द सहिड़ी गुंगे दी मठियाई है अकथ कथा विस्माद बचीड़ी गुरमुख सुख फल सहज अलीड़ी गुरमुख सुख फल सहज अलीड़ी वाहिगुरु जी का खालसा वाहिगुरु जी की फतेह। सतगुरु गरीब नवाज पातशाह दसां पातशाहियां दे प्रतक स्वरूप लोक परलोक दे सहायक नाम दे दाते श्री गुरु ग्रंथ साहिब जी दे चरणों विच जुड़ बैठे सत्कारयोग साध संगत जी आप जी अकाल पुरख वाहिगुरु वालों मिले हुए मनुखी जीवन नूं निरसंशय गुरु की हजूरी विच महापुरशां वालों वरसाई धरती ते एकत्र हो के सफल कर रहे हो। अज दे इस प्रकरण विच भाई साहब भाई गुरदास उन्होंने जो पौड़ियां उचारियां हन 11वीं वार दी 5वीं अद्धी पौड़ी और 6वीं पौड़ी ये विचारन दा यतन करांगे। भाई साहब ने इस पंक्ति विच एक वचन कीता है गुरमुख मार्ग चलना आस निरासी चीड़ उचीड़ी। कल ही किसी गुरमुख ने बार एक सवाल कीता सी ए पंक्ति उहदे जवाब विच है जिवें कि कल आपां विचारिया सी कि इस घर विच जोर फलदा नहीं हठ कम नहीं देंदा। सतगुरु ने कहा मन हठ किन्ना ना पायो जोर ना सुरती ज्ञान विचार। इत्थे दान दे रूप विच जो भी है गुरु नानक दे घरों दान मिलदा है इत्थे दावा नहीं दान है खो के नहीं लिया जा सकदा। हाँ जे गुरु सिख कोलों दी बुरियाई खो लै ते सिख नूं वापस दान विच दया गुण नाम दी दात। ये कहिंदे भाई गुरदास कहिंदे फिर जोर
क्योंकि जोर तो लाने ही बंदे ने शरीर में। एक पासे तुसी जपजी साहब तुसी पढ़ोगे, जपजी साहब दियां पहलियां पौड़ियां विच गुरु नानक देव जी ने साधना दे सत तरीके दसे, नाम जपण दे, रब नाल स्नेह करन दे, उहदे नाल प्रेम पाउण दे। जिथे नाम जपना ही उहदी एक युक्ति है, उहदे नाल नाल साध संगत जी मन दी एक पोजिशन भी सिख नूं तैयार करनी पैंदी, ग्राउंड बनाउणी पैंदी, ਤਾਂ ਉੱਥੇ ਨਾਮ ਦਾ ਬੀਜ ਫਲਦਾ ਹੈ। ਉਹ ਬੜੀ ਜ਼ਰੂਰੀ ਹੈ। ਜਪੀ ਬੜੇ ਹੋਏ ਨੇ ਦੁਰਬਾਸਾ ਵਰਗੇ, ਤੁਸੀਂ ਸੁਣੇ ਹੋਣ, ਬੜਾ ਵੱਡਾ ਤਪੀਸਰ ਸੀ ਦੁਰਬਾਸਾ। ਪਰ ਗੱਲ ਕੀ ਸੀ, ਛੋਟੀ ਜਿਹੀ ਗੱਲ ਤੋਂ ਸਰਾਪ ਦੇ ਦੇਣਾ। ਕਿੰਨੇ ਸਰਾਪ ਨੇ, ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਕਰ ਆਇਆ, ਦੁਰਬਾਸਾ ਸਿਉਂ ਕਰਤ ਠਗੌਰੀ, ਜਾਦਵ ਇਹ ਫਲ ਪਾਏ। ਭਾਵੇਂ ਉਦਾਹਰਨ ਦਿੱਤੀ ਗਈ ਹੈ, ਪਰ ਉਹਨੇ ਜਪ ਤਪ ਕੀਤਾ, ਪਰ ਉਹ ਚੀਜ਼ ਸਿੱਖੀ ਨਹੀਂ ਜੋ ਸਿੱਖੀ ਦੇ ਵਿੱਚ ਸਿਖਾਈ ਗੁਰੂ ਨਾਨਕ ਨੇ। ਜਿਹੜਾ ਧੀਰਜ ਸਿਖਾਇਆ, ਜਿਹੜਾ ਟਿਕਾ, ਜਿਹੜੀ ਸਹਿਣ ਸ਼ਕਤੀ, ਜਿਹੜੀ ਸਰਲਤਾ ਸਿਖਾਈ, ਉਹ ਨਹੀਂ ਮਿਲੀ ਬਾਹਰੋਂ ਕਿਤੋਂ। ਜਪ ਤਪ ਕਰ ਲਿਆ, ਉਹ ਗੱਲ ਵੱਖਰੀ। ਫਿਰ ਸਿੱਖ ਸੱਤ ਤਰੀਕੇ ਗੁਰੂ ਨਾਨਕ ਦੇਵ ਜੀ ਨੇ ਦੱਸੇ ਨੇ ਜਪਜੀ ਸਾਹਿਬ ਦੀਆਂ ਪਹਿਲੀਆਂ ਪੌੜੀਆਂ ਵਿੱਚ, ਜਿਨ੍ਹਾਂ ਦੇ ਨਾਲ ਮਨ ਦੀ ਪੁਜੀਸ਼ਨ ਬਣਦੀ, ਅਵਸਥਾ ਬਣਦੀ ਹੈ। ਉਹਦੇ ਤੋਂ ਬਾਅਦ ਫਿਰ ਜਿਹੜਾ ਵੀ ਕੰਮ ਮਿਹਨਤ ਸਿੱਖ ਕਰੇਗਾ ਉਹਨੂੰ ਫਲ ਲੱਗਦਾ। ਇੱਥੇ ਕਹਿੰਦੇ ਨੇ, ਮੈਂ ਇੱਕ ਵਾਰੀ ਵਿੱਚ ਛੱਡ ਕੇ ਕਹਿ ਦਿਆਂ ਵੀ ਆਵਾਜ਼ ਜਿਹੜੀ ਹੈ ਠੀਕ ਨਹੀਂ, ਈਕੋ ਜ਼ਿਆਦਾ ਕਰਨ ਨਾਲ ਆਵਾਜ਼ ਠੀਕ ਨਹੀਂ ਹੁੰਦੀ। ਉਹਦੇ ਨਾਲ ਦੋ ਦੋ ਤਿੰਨ ਤਿੰਨ ਆਵਾਜ਼ਾਂ, ਇੱਕੋ ਬਿਲਕੁਲ ਥੋੜ੍ਹੀ ਜਿਹੀ ਕਰੋ ਦਾਣਾ ਮਾਤਰ, ਅਤੇ ਬੇਸ ਵਧਾਓ ਇਹਦਾ, ਤਾਂ ਆਵਾਜ਼ ਠੀਕ ਹੋਵੇਗੀ। ਫਿਰ ਧਿਆਨ ਦਿਓ, ਜਿਵੇਂ ਸੱਤ ਤਰੀਕੇ ਗੁਰੂ ਨਾਨਕ ਦੇਵ ਜੀ ਨੇ ਕਹੇ, ਉਹ ਕਹਿੰਦੇ ਨੇ ਗਾਵੇ ਕੋ, ਜੇ ਕੋਈ ਉਹਨੂੰ ਗਾਏ ਤਾਣ ਤਾਕਤ ਨਾਲ ਗਾਏ। ਜਪਜੀ ਸਾਹਿਬ ਦੇ ਸ਼ੁਰੂ ਵਿੱਚ ਕਿਹਾ ਤਾਣ ਲਾ ਕੇ ਗਾ, ਤਾਕਤ ਲਾ ਕੇ ਗਾ, ਪਰ ਪਿੱਛੇ ਕਿਹਾ ਜ਼ੋਰ ਨਾ ਸੁਰਤੀ ਗਿਆਨ ਵਿਚਾਰ। ਗੱਲ ਕੀ, ਦੋਵੇਂ ਵਿਰੋਧੀ ਤੱਤ ਕਿਉਂ ਦਿਸਦੇ? ਗੁਰਬਾਣੀ ਵਿੱਚ ਕਈ ਥਾਵਾਂ 'ਤੇ ਤੁਹਾਨੂੰ ਕਈ ਸ਼ਬਦ ਆਪਸ ਵਿੱਚ ਵਿਰੋਧੀ ਲੱਗਣਗੇ, ਇੱਕ ਦੂਜੇ ਦੇ ਵਿਰੋਧ ਵਿੱਚ। ਜਿਵੇਂ ਜਿਹੜਾ ਸ਼ਬਦ ਤੁਸੀਂ ਪਿੱਛੇ ਗਰਾਊਂਡ 'ਤੇ ਪੜ੍ਹ ਰਹੇ ਹੋ, ਇਹ ਜਿੱਥੋਂ ਸ਼ੁਰੂ ਹੁੰਦਾ ਉੱਥੇ ਲਿਖਿਆ ਹੋਇਆ ਵੀ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਵਲ ਭਯੰਗਮ ਸਾਧੇ। ਪਾਠ ਕਰਨ ਨਾਲ ਕਹਿੰਦੇ ਪੰਜ ਵਿਕਾਰ ਨਹੀਂ ਘਟੇ, ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ। ਉਹੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ, ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜ੍ਹੋ ਨਿਤ ਭਾਈ, ਗੁਰ ਪੂਰੇ ਤੂੰ ਰਾਖਿਆ। ਬਾਣੀ ਪੜ੍ਹੋ, ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖਦਾਈ। ਨਾਲ ਹੀ ਬਾਬਾ ਕਬੀਰ ਬੋਲ ਪੈਣਗੇ, ਉਹ ਕਹਿੰਦੇ ਨੇ ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰਾ। ਕਹਿੰਦੇ ਠੀਕ ਹੈ, ਇਸ ਤਰ੍ਹਾਂ ਕਹਿੰਦੇ ਵਾਰ ਵਾਰ ਸੋਚਣ ਨਾਲ, ਬਿਲਕੁਲ ਠੀਕ ਹੈ ਬਾਜਰਾ, ਸੋਚਣ ਨਾਲ ਨਹੀਂ ਹੋਏਗਾ। ਕਹਿੰਦੇ ਜਿੰਨਾ ਚਿਰ ਤੂੰ ਸਹਿਜ ਵਿੱਚ ਨਹੀਂ ਆਉਂਦਾ। ਇਹ ਦੋ ਵਿਰੋਧ ਕਿਉਂ, ਵੀ ਪਾਠ ਕਰਨਾ ਵੀ ਅਤੇ ਪਾਠ ਦੇ ਵਿਰੋਧ ਵਿੱਚ ਸ਼ਬਦ ਆ ਗਏ, ਇਹਦਾ ਕੀ ਕਾਰਨ ਬਣਿਆ? ਕਿਉਂਕਿ ਹਰ ਇੱਕ ਉਪਦੇਸ਼ ਜਿਹੜਾ ਨਾ ਇੱਕੋ ਬੰਦੇ ਵਾਸਤੇ ਨਹੀਂ। ਇੱਕ ਜਿਹਨੂੰ ਕਹਿ ਰਿਹਾ ਵੀ ਪਾਠ ਪੜ੍ਹਨ ਨਾਲ ਨਹੀਂ ਹੁੰਦਾ, ਉਹ ਪਾਠਾਂ ਵਿੱਚ ਲੱਗਾ ਹੋਇਆ ਅਤੇ ਦੂਜਾ ਪਾਸਾ ਬਿਲਕੁਲ ਛੱਡਿਆ, ਸੁਭਾਅ ਨਹੀਂ ਬਦਲਦਾ, ਪਾਠ ਕਰੀ ਜਾਂਦਾ ਇਕੱਲਾ, ਉਹਨੂੰ ਕਹਿ ਰਿਹਾ, ਉਹ ਵੱਖਰਾ ਮਰੀਜ਼ ਹੈ। ਇੱਕ ਦੂਜਾ ਉਹ ਕਹਿੰਦਾ ਵੀ ਮੈਂ ਸਮਝ ਲਿਆ ਰੱਬ ਹੈ, ਮੈਨੂੰ ਕੀ ਪਾਠ ਕਰਨ ਦੀ ਲੋੜ, ਉਹਨੂੰ ਕਹਿੰਦੇ ਤੂੰ ਪਾਠ ਕਰ, ਉਹ ਦੂਜਾ ਆਦਮੀ ਹੈ ਦੂਜੇ ਵਾਸਤੇ। ਜਿਵੇਂ ਇੱਕੋ ਬੰਦਾ ਇੱਥੇ ਰਹਿ ਰਿਹਾ ਅਤੇ ਉਹਨੂੰ ਗਰਮੀ ਵਾਲੇ ਕੱਪੜਿਆਂ ਦੀ ਲੋੜ ਹੈ ਕਿਉਂਕਿ ਇੱਥੇ ਗਰਮੀ ਪੈ ਰਹੀ ਹੈ, ਪਰ ਜੇ ਇੱਥੋਂ ਫਲਾਈਟ ਲੈ ਕੇ ਹੁਣੇ ਉਹ ਆਸਟ੍ਰੇਲੀਆ ਨਿਊਜ਼ੀਲੈਂਡ ਚਲਾ ਜਾ ਅਤੇ ਜਾਂਦਿਆਂ ਸਾਰ ਕੋਟ ਪਾਉਣਾ ਪਊ, ਉਸ ਉੱਥੇ ਠੰਡ ਵਰਤ ਰਹੀ ਬਹੁਤ ਜ਼ਿਆਦਾ। ਅਵਸਥਾ ਭੇਦ ਹੈ ਸ਼ਬਦਾਂ ਵਿੱਚ। ਗੁਰਬਾਣੀ ਨੂੰ ਸਮਝਣ ਲਈ ਇੱਕ ਪੁਰਾਣੇ ਜਿਹੜੇ ਵਿਦਵਾਨ ਸਨ, ਟਕਸਾਲੀ, ਜਿਹੜੇ ਤਜਰਬੇਕਾਰ ਸਨ, ਹੁਣ ਤਾਂ
ਵਿਦਵਾਨ ਬਣਨ ਦੇ ਤਰੀਕੇ ਬੜੇ ਵਧੀਆ ਨੇ, 10 ਕੁ ਕੈਸਟਾਂ ਸੁਣੋ ਅਤੇ ਕਥਾਵਾਚਕ ਬਣ ਜਾਓ, ਲੈਕਚਰ ਯਾਦ ਕੀਤਾ ਅਤੇ ਝਾੜ ਦਿੱਤਾ ਦੂਜਿਆਂ 'ਤੇ ਜਾ। ਉਹ ਬੰਦੇ ਹੰਡਾਉਂਦੇ ਸਨ ਕੋਲ ਰੱਖ ਰੱਖ। ਗੁਰਬਾਣੀ ਦੇ ਬਹੁਤ ਸਾਰੇ ਸ਼ਬਦ ਨੇ ਜਿਹੜੇ ਅਵਸਥਾ ਭੇਦ ਵਿੱਚ ਉਚਾਰੇ ਗਏ ਨੇ, ਜਿਹੜੇ ਇੱਕ ਸਮੇਂ ਇੱਕ ਬੰਦੇ ਲਈ ਹਨ, ਦੂਜੇ ਵਾਸਤੇ ਨਹੀਂ। ਉਹ ਜਿਵੇਂ ਗੁਰੂ ਨਾਨਕ ਦੇਵ ਜੀ ਸੁਮੇਰ ਪਰਬਤ 'ਤੇ ਯੋਗੀਆਂ ਨੂੰ ਕਹਿੰਦੇ ਨੇ ਸੰਸਾਰ ਵਿੱਚ ਆਓ ਥੱਲੇ ਉਤਰੋ, ਉਹ ਹੀ ਗੁਰੂ ਹੈ। ਅਤੇ ਜਦੋਂ ਸਾਧ ਸੰਗਤ ਜੀ ਉਹ ਦੁਨੀ ਚੰਦ ਕੋਲ ਜਾਂਦੇ, ਜਿਹੜਾ ਲਾਹੌਰ ਵਿੱਚ 7 ਕਰੋੜੀ ਸੀ, 7 ਕਰੋੜ ਦਾ ਮਾਲਕ ਸੀ, ਉਹਨੂੰ ਕਹਿੰਦੇ ਨਿਕਲ ਦੁਨੀਆ ਵਿੱਚੋਂ, ਸੰਨਿਆਸ ਵਿੱਚ ਜਾ। ਇੱਕੋ ਗੁਰੂ ਦੋ ਉਪਦੇਸ਼ ਕਿਉਂ ਦਿੰਦਾ? ਕਿਉਂਕਿ ਬੰਦਿਆਂ ਦੀ ਅਵਸਥਾ ਵੱਖਰੀ, ਦੋਵਾਂ ਫਰਕ ਹੈ। ਅਤੇ ਮੈਂ ਆਪ ਜੀ ਨੂੰ ਬੇਨਤੀ ਕਰਾਂ ਵੀ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਉਪਦੇਸ਼ ਜਿਹੜਾ ਇੱਕ ਓਂਕਾਰ ਸਤਨਾਮ ਵਿੱਚ ਸਾਰਾ ਸੰਪੂਰਨ ਹੋ ਜਾਂਦਾ ਹੈ। ਅੱਗੇ ਜਿਹੜੇ 1430 ਅੰਗਾਂ ਵਿੱਚ ਹਜ਼ਾਰਾਂ ਸ਼ਬਦ ਨੇ, ਉਹ ਤਾਂ ਹੀ ਉਚਾਰੇ ਗਏ ਕਿਉਂਕਿ ਆਪਾਂ ਵੱਖਰੀ ਵੱਖਰੀ ਤਸੀਰ ਵਾਲੇ ਬੰਦੇ ਹਾਂ। ਕਿਸੇ ਨੂੰ ਕੋਈ ਸ਼ਬਦ ਟੱਚ ਕਰਦਾ, ਕਿਸੇ ਨੂੰ ਕੋਈ ਕਰਦਾ, ਇਹ ਵੱਖਰਾ ਹੈ। ਤਾਂ ਇੱਥੇ ਕਹਿ ਰਹੇ ਨੇ ਵੀ ਤੂੰ ਤਾਣ ਲਾ ਕੇ ਗਾ, ਗਾਵੇ ਕੋ ਤਾਣ। ਜੇ ਕੋਈ ਬੰਦਾ ਤਾਣ ਲਾ ਕੇ ਉਹਨੂੰ ਗਾਏਗਾ ਨਾ, ਤਾਣ ਦਾ ਮਤਲਬ ਸਰੀਰ ਦੀ ਸਾਰੀ ਸ਼ਕਤੀ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਇਕਾਗਰਤਾ ਕਰਕੇ ਜਪਣਾ, ਇਹਨੂੰ ਕਹਿੰਦੇ ਤਾਣ ਨਾਲ ਜਪਣਾ, ਸ਼ਕਤੀ ਨਾਲ। ਕਬੀਰ ਸਾਹਿਬ ਜੀ ਨੂੰ ਕਿਸੇ ਜਗਿਆਸੂ ਨੇ ਪੁੱਛਿਆ ਬਈ ਮੈਨੂੰ ਕੋਈ ਨਾਮ ਜਪਣ ਦੀ ਯੁਗਤੀ ਸਮਝਾਓ। ਬਾਹਰ ਜਾ ਰਹੇ ਸਨ ਅਤੇ ਕੁਝ ਬੱਚੇ ਖੂੰਡੀ ਖੇਡ ਰਹੇ ਸਨ। ਖੂੰਡੀ ਸ਼ਬਦ ਤਾਂ ਸਿੱਧਾ ਪਿੰਡਾਂ ਦਾ ਤੁਸੀਂ ਸਮਝ ਲਓਗੇ, ਹਾਕੀ ਦਾ ਦੂਜਾ ਰੂਪ ਹੈ। ਖੂੰਡੀ ਖੇਡ ਰਹੇ ਸਨ, ਖਿੱਦੂ ਖੂੰਡੀ ਉਹਨੂੰ ਕਹਿੰਦੇ ਪੰਜਾਬੀ ਵਿੱਚ। ਉਹ ਖਲੋ ਗਏ, ਕਹਿੰਦੇ ਇਹਨਾਂ ਤੋਂ ਸਿੱਖ ਲੈ, ਕਿਉਂਕਿ ਪ੍ਰੈਕਟੀਕਲ ਦਿਖਾਉਂਦੇ ਨੇ ਸਾਹਮਣੇ, ਉਹ ਪੜ੍ਹ ਕੇ ਨਹੀਂ ਸੁਣਾਉਂਦੇ। ਕਹਿੰਦੇ ਇਹਨਾਂ ਤੋਂ ਸਿੱਖ ਕਿਵੇਂ ਨਾਮ ਜਪਣਾ? ਉਹਨੇ ਕਿਹਾ ਅਤੇ ਬੱਚੇ ਖੇਡਦੇ ਨੇ ਖੂੰਡੀ, ਕਹਿੰਦੇ ਇਹਦੇ ਵੱਲ ਵੇਖ, ਬੱਚਾ ਇੱਕ ਖੇਡ ਰਿਹਾ, ਸਿਰ ਤੋਂ ਪੈਰਾਂ ਤੱਕ ਪਸੀਨੇ ਨਾਲ ਭਿੱਜਿਆ, ਅਸੀਂ ਇਹਨੂੰ ਵੇਖ ਰਹੇ ਹਾਂ ਪਰ ਇਹਦਾ ਧਿਆਨ ਸਾਡੇ ਵਿੱਚ ਨਹੀਂ, ਉਹਦਾ ਧਿਆਨ ਗੇਂਦ ਵਿੱਚ, ਸਿਰਫ ਗੇਂਦ, ਕਿਉਂਕਿ ਉਹਨੇ ਪੋਲ ਦੇ ਵਿੱਚੋਂ ਕੱਢਣੀ। ਤੁਸੀਂ ਵੇਖੋਗੇ ਹਾਕੀ ਦਾ ਮੈਚ ਲੱਗਦਾ, ਉਹ 2000-4000 ਬੰਦਾ ਦੁਆਲੇ ਬੈਠਾ, ਉਹ ਕਿਲਕਾਰੀਆਂ ਵੀ ਮਾਰਦਾ, ਉਹ ਬੜਾ ਕੁਝ ਕਰਦਾ, ਪਰ ਜਿਹੜਾ ਹਾਕੀ ਖੇਡਣ ਵਾਲਾ ਨਾ, ਉਹਦੀ ਸੁਰਤ ਬਿਲਕੁਲ ਕੇਂਦਰ 'ਤੇ ਇੱਕ ਥੋੜ੍ਹੇ ਜਿਹੇ ਥਾਂ 'ਤੇ ਗੇਂਦ ਦੇ ਉੱਤੇ ਖੜੀ, ਉਹ ਨਹੀਂ ਵੇਖਦਾ ਕਿਸੇ ਵੱਲ, ਦੂਜੇ ਲੋਕ ਉਹਦੇ ਵੱਲ ਵਹਿੰਦੇ। ਕਬੀਰ ਜੀ ਕਹਿੰਦੇ ਵੀ ਜੇ ਰੱਬ ਨੂੰ ਯਾਦ ਕਰਨੀ ਇਹਦੇ ਤੋਂ ਸਿੱਖ, ਇਹਨੂੰ ਕਿੰਨੇ ਲੋਕ ਵਹਿੰਦੇ ਨੇ ਪਰ ਇਹ ਕਿਸੇ ਵੱਲੋਂ ਨਹੀਂ ਵਹਿੰਦਾ। ਅਤੇ ਜੇ ਤੂੰ ਨਾਮ ਜਪਦਾ ਸਾਰਿਆਂ ਦੇ ਕੱਪੜੇ ਗਿਣਦਾ ਰਿਹਾ ਵੀ ਕਿਵੇਂ ਦੇ ਪਾਏ, ਫਿਰ ਤੇਰਾ ਧਿਆਨ ਕਿੱਥੇ ਲੱਗੇ? ਦੂਜੀ ਗੱਲ ਵੇਖ ਇਹਦੇ ਪੈਰਾਂ 'ਤੇ ਕਿੰਨੀਆਂ ਹਾਕੀਆਂ ਵੱਜਦੀਆਂ ਨੇ, ਕਿੰਨੀਆਂ ਸੱਟਾਂ, ਕਈ ਵਾਰੀ ਡਿੱਗਾ, ਇਹਦੀਆਂ ਲੱਤਾਂ ਪੈਰਾਂ ਛਿੱਲੇ ਗਏ ਨੇ, ਪਰ ਇਹਨੂੰ ਪਤਾ ਹੀ ਕੋਈ ਨਹੀਂ, ਇਹਨੂੰ ਦਰਦ ਦੀ ਯਾਦ ਹੀ ਨਹੀਂ ਆਉਂਦੀ ਹੈ ਕਿੱਥੇ। ਜੇ ਤੂੰ ਜਪਣਾ ਨਾ, ਤੈਨੂੰ ਲੱਤਾਂ ਪੈਰਾਂ ਦੀ ਦਰਦ ਵੀ ਭੁੱਲ ਜਾਣੀ ਚਾਹੀਦੀ। ਸਰੀਰ 'ਤੇ ਸਿਰ ਤੋਂ ਲੈ ਕੇ ਪੈਰ ਤੱਕ ਪੂਰਾ ਜ਼ੋਰ ਲਾ ਰਿਹਾ, ਤਾਕਤ ਲਾ ਲਿਆ, ਪਿੱਛੇ ਪਰਤ ਕੇ ਨਹੀਂ ਵਹਿੰਦਾ। ਇਹ ਜਿਹੜੀ ਵਿਆਖਿਆ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ, ਕਬੀਰ ਜੀ ਦੇ ਸਲੋਕਾਂ ਵਿੱਚ 2 ਸਲੋਕ ਇਕੱਠੇ ਆਉਣਗੇ, ਕਬੀਰ ਜੋ ਤੋਏ ਸਾਧ ਪਿਰਮ ਕੀ। ਕਹਿੰਦੇ ਜੇ ਤੈਨੂੰ ਰੱਬ ਦੇ ਨਾਲ ਸਾਂਝ ਪਾਉਣ ਦੀ, ਪਿਰਮ ਦੀ, ਸਾਧ ਦਾ ਅਰਥ ਸਿੱਖ ਹੈ, ਤੇਰੇ ਵਿੱਚ ਕੋਈ ਖਿੱਚ ਹੈ, ਜੋ ਤੋਏ ਸਾਧ ਪਿਰਮ ਕੀ ਸੀਸ ਕਾਟ ਕਰ ਗੋਏ, ਗੋਏ ਦਾ ਅਰਥ ਹੈ ਗੇਂਦ। ਕਹਿੰਦੇ ਜਿਵੇਂ ਉਹਨੇ ਖਿਡਾਰੀ ਨੇ ਨਾ ਗੇਂਦ ਖੇਡਦਾ, ਤੂੰ ਆਪਣਾ ਸਿਰ ਵੱਢ ਕੇ ਉਹਦੀ ਗੇਂਦ ਬਣਾ, ਸੀਸ ਕਾਟ ਕਰ ਗੋਏ। ਕਹਿੰਦੇ ਖੇਲਤ ਖੇਲਤ ਹਾਲ ਕਰ, ਹਾਲ ਇੱਕ ਫਕੀਰਾਂ ਦਾ ਦਰਜਾ ਹੈ, ਜਿੱਥੇ ਜਾ ਕੇ ਫਕੀਰ ਨੂੰ ਆਪਣੇ ਸਰੀਰ ਦੀ ਸੁੱਧ ਬੁੱਧ ਨਹੀਂ ਰਹਿੰਦੀ, ਭਾਵੇਂ ਉਹਦੇ ਟੁਕੜੇ ਕਰਦੇ, ਉਹਨੂੰ ਕੋਈ ਪਤਾ ਨਹੀਂ ਦਰਦਾ। ਖੇਲਤ ਖੇਲਤ ਹਾਲ ਕਰ, ਕਹਿੰਦੇ ਇਸ ਤਰ੍ਹਾਂ ਨਾਮ ਜਪਦਿਆਂ ਹੋਇਆ ਹਾਲ ਤੋਂ ਬੇਹਲ, ਯਾਨੀ ਕਿ ਸਰੀਰ ਦੀ ਪਰਵਾਹ ਨਹੀਂ ਕਰਨੀ, ਇਹਦਾ ਮਤਲਬ ਇੱਕ ਇਹਨਾਂ ਨੂੰ। ਅੱਗੇ ਫਿਰ ਕਹਿੰਦੇ ਜੋ ਕੁਛ ਹੋਏ ਸੋ ਹੋਏ, ਐਵੇਂ ਨਾ ਤੋਲੀ ਜੀ ਕਲਮ ਲੈ ਕੇ ਵੀ ਪਤਾ ਨਹੀਂ ਇੰਨਾ ਕੀਤਾ ਹੋਏਗਾ ਕਿ ਨਹੀਂ, ਪੁੱਛਦਾ ਰਹਿੰਦਾ ਬੰਦਾ, ਹਿਸਾਬ ਨਾ ਕਰੀ, ਕਿਉਂਕਿ ਆਸ਼ਕ ਉਹਨੂੰ ਨਹੀਂ ਕਹਿੰਦੇ ਜਿਹੜਾ ਡੈਰੀ ਲੈ ਕੇ ਗੁਰੂ ਨਾਲ ਹਿਸਾਬ ਕਰਦਾ। ਆਸ਼ਕ ਇਹ ਨਾ ਆਖੀਐ ਜੇ ਲੇਖੇ ਵਰਤੈ ਸੋਏ, ਲੇਖਾ ਨਹੀਂ ਕਰਦਾ ਉਹਦੇ ਕੋਲ ਕੋਈ ਕਾਪੀ ਨਹੀਂ, ਉਹ ਕੋਈ ਸਾਲ ਨਹੀਂ ਗਿਣਦਾ, ਉਹ ਘੰਟੇ ਨਹੀਂ ਗਿਣਦਾ। ਜਿਹੜਾ ਬੰਦਾ ਸਾਲ ਗਿਣਦਾ ਉਹ ਬਾਣੀ ਨਹੀਂ ਪੜ੍ਹਦਾ, ਧਿਆਨ ਦੇਣਾ। ਇੱਕ ਸੱਜਣ ਮੈਨੂੰ ਵਿਦੇਸ਼ ਵਿੱਚ ਮਿਲੇ ਸਨ,
ਨਾਰਾਜ਼ ਜਿਹਾ ਲੱਗੇ ਰੱਬ ਨਾਲ, ਗੁਰੂ ਨਾਲ। ਸ਼ਿਕਾਇਤ ਜੀ ਸੀ ਉਹਨਾਂ ਦੇ ਮੱਥੇ 'ਤੇ 5-7 ਵੱਟ। ਕਹਿੰਦੇ ਮੈਂ ਤੁਹਾਡੇ ਨਾਲ ਗੱਲ ਕਰਨੀ। ਮੈਂ ਕਿਹਾ ਵੀ ਕੋਈ ਨਾਰਾਜ਼ਗੀ ਹੈ? ਕਹਿੰਦੇ ਨਹੀਂ, ਕਹਿੰਦੇ ਗੁਰੂ ਨਾਲ ਨਾਰਾਜ਼ਗੀ ਹੈ। ਕਿਉਂ? ਕਹਿੰਦੇ 20 ਸਾਲ ਹੋ ਗਏ ਪਾਠ ਕਰਦਿਆਂ ਨੂੰ, ਅਜੇ ਤੱਕ ਕੋਈ ਗੱਲ ਨਹੀਂ ਬਣੀ। ਮੈਂ ਕਿਹਾ ਪਰਤ ਕੇ ਨਾ ਕਹੀਂ। ਕਹਿੰਦੇ ਨਹੀਂ ਬਣੀ ਨਹੀਂ। ਮੈਂ ਕਿਹਾ ਤੁਸੀਂ ਪਾਠ ਕੀਤਾ ਹੀ ਨਹੀਂ, ਤੁਸੀਂ ਸਾਲ ਗਿਣੇ ਨੇ। ਕਦੀ ਕਿਸੇ ਬੰਦੇ ਨੂੰ ਇਹ ਯਾਦ ਗਿਣ ਕੇ ਰੱਖਦਾ ਵੀ ਇੰਨੇ ਸਾਲ ਹੋ ਗਏ ਮੇਰੇ ਵਿਆਹ ਨੂੰ? ਉਹ 'ਤੇ ਲੈਟਰ ਵੇਖਣਾ ਪੈਂਦਾ ਵਿਆਹ ਵਾਲਾ। ਉਹਦੇ ਵਿੱਚ ਉਹ ਗੁਆਚ ਜਾਂਦਾ ਹੈ, ਕ੍ਰਿਸਤ ਵਿੱਚ, ਪਰਿਵਾਰ ਵਿੱਚ ਇੰਨਾ ਗੁਆਚਦਾ ਹੈ। ਜੇ ਉਹਨੂੰ ਕੋਈ ਕਹੇ ਵੀ ਤੇਰਾ ਵਿਆਹ ਕਦੋਂ ਹੋਇਆ ਸੀ, ਫਿਰ ਪੁੱਛਦਾ ਫਿਰਦਾ ਆਪਣੇ ਮਾਤਾ ਪਿਤਾ ਨੂੰ ਇੱਧਰ ਉੱਧਰ ਵੀ ਕਦੋਂ ਹੋਇਆ ਸੀ। ਤੂੰ ਪਾਠ ਕੀਤਾ ਕਿ ਸਾਲ ਗਿਣੇ? ਆਦਮੀ ਸਾਲ ਗਿਣਦਾ, ਘੰਟੇ ਗਿਣਦਾ। ਲੇਖੇ ਦਾ ਉੱਥੇ ਸੰਬੰਧ ਨਹੀਂ, ਕਿਉਂਕਿ ਲੇਖਾ ਹੁੰਦਿਆਂ ਹੀ ਸੰਪਰਕ ਟੁੱਟਦਾ ਗੁਰੂ ਨਾਲ। ਅਸੀਂ ਲੇਖਾ ਕਰਨੇ ਹਾਂ, ਜਿੱਦਣ ਗੁਰੂ ਨੇ ਲੇਖਾ ਕਰ ਲਿਆ ਤਾਂ ਆਪਣੇ ਵਾਲੇ ਪਾਸੇ ਕੱਖ ਵੀ ਨਹੀਂ ਨਿਕਲਣਾ। ਉਹ ਹਿਸਾਬ ਬਿਲਕੁਲ ਇਹ ਤਾਂ ਕੋਲੋਂ ਦੇ ਦਿੰਦਾ ਲਾ ਕੇ ਨੰਬਰ, ਵੀ ਰਹਿੰਦਾ ਵਿਚਾਰਾ ਫੇਲ ਹੋ ਗਿਆ, ਹੁਣ ਕੋਈ ਨਾ ਕੋਈ 4 ਨੰਬਰ ਇਹਨੂੰ। ਗੁਰੂ ਕਾਹਦੇ ਵਾਸਤੇ ਆ? ਸਤਿਗੁਰੂ ਦੇ ਨਾਲ ਹੋਣ ਦੇ ਵਿੱਚ, ਤੁਸੀਂ ਹੁਣੇ ਅਰਦਾਸ ਵਿੱਚ ਇੱਕ ਸ਼ਬਦ ਧਿਆਨ ਨਾਲ ਸੁਣਨਾ। ਕਈ ਲੋਕ ਕਹਿੰਦੇ ਵੀ ਅੰਮ੍ਰਿਤ ਛਕਣ ਦਾ ਫਾਇਦਾ ਹੈ ਕਿ ਨਹੀਂ? ਤੁਸੀਂ ਅਰਦਾਸ ਵਿੱਚ ਇੱਕ ਸ਼ਬਦ ਸੁਣਨਾ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ। ਰਿਆਇਤ ਦੇ ਅਰਥ ਕੀ ਨੇ? ਰਿਆਇਤ ਦੇ ਅਰਥ ਨੇ ਵੀ ਬੰਦੇ ਦੇ ਕੋਲ ਪੈਸੇ ਥੋੜ੍ਹੇ ਹੋਣ, ਨਾ ਉਹ ਦੁਕਾਨ ਤੋਂ ਸੌਦਾ ਲੈਣ ਜਾਏ ਅਤੇ ਉਹ ਦੁਕਾਨਦਾਰ ਉਹਦੇ 'ਤੇ ਤਰਸ ਕਰਕੇ ਕਹੇ ਜਿੰਨੇ ਹੈਣ ਦੇ ਦੇ, ਬਾਕੀ ਰਹਿਣ ਦੇ ਸਮਾਨ ਲੈ ਜਾ। ਉਹਨੂੰ ਕਹਿੰਦੇ ਰਿਆਇਤ ਕਰ ਦਿੱਤੀ, ਇਹ ਛੱਡ ਦਿੱਤਾ। ਇੱਕ ਮਰੀਜ਼, ਇੱਕ ਕਾਤਲ ਨੇ ਕਤਲ ਕੀਤਾ ਸੀ ਅਤੇ ਜੱਜ ਨੇ ਕਿਹਾ ਵੀ ਰਿਆਇਤ ਕਰ ਦਿਓ, ਲੱਗਣਾ ਤਾਂ ਫਾਂਸੀ, ਛੱਡ ਦਿਓ, ਇਹਨੂੰ ਬਰੀ ਕਰ ਦਿੱਤਾ, ਰਿਆਇਤ ਕਰ ਦਿੱਤਾ। ਗੁਰੂ ਵਾਲਾ ਜੇ ਸਿੱਖ ਬਣੇਗਾ, ਜੇ ਪਾਪ ਭਾਵੇਂ ਨਹੀਂ ਵੀ ਧੁਪੇ ਪਰ ਨੀਯਤ ਹੋਵੇ ਅੰਦਰ, ਇੱਕ ਚੀਜ਼ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵਾਰ ਵਾਰ ਲਿਖੀ ਗਈ, ਉਹਨੂੰ ਨੀਯਤ ਕਹਿੰਦੇ ਨੇ। ਗੁਰੂ ਨੂੰ ਨੀਯਤ ਸ਼ੁੱਧ ਵਾਲੇ ਬੰਦੇ ਚਾਹੀਦੇ ਨੇ। ਇਹ ਨਹੀਂ ਵੀ ਉਹਨਾਂ ਦਾ ਮਨ ਵੀ ਸਾਰਾ ਪਾਪਾਂ ਤੋਂ ਖਾਲੀ ਹੋਵੇ ਅਤੇ ਤਾਂ ਸਤਿਗੁਰੂ ਚਰਨਾਂ ਨਾਲ ਲਊਂਗੇ। ਤੁਸੀਂ ਕਿੰਨੇ ਆਦਮੀ ਇਤਿਹਾਸ ਵਿੱਚ ਸੁਣੋ ਪੜ੍ਹੋਗੇ ਜਿਹੜੇ ਪਾਪਾਂ ਨਾਲ ਭਰੇ ਸਨ ਪਰ ਸਤਿਗੁਰੂ ਨੇ ਕਿਹਾ ਆ ਜਾ, ਇੱਕੋ ਦਿਨ ਵਿੱਚ ਪਾਰ ਉਤਾਰਾ ਕਰ ਦਿੱਤਾ। ਜਿਨ ਮਾਨਸ ਤੇ ਦੇਵਤੇ ਕੀ ਏ, ਕਰਤ ਨਾ ਲਾਗੀ ਬਾਰ। ਇੱਥੇ ਦੇਰ ਨਹੀਂ ਲੱਗਦੀ ਪਰ ਇੱਥੇ ਖੋਪਰੀ ਵਿੱਚ ਇੱਕ ਚੀਜ਼, ਉਹਨੂੰ ਕਹਿੰਦੇ ਨੀਯਤ। ਨੀਯਤ ਦਾ ਮਤਲਬ ਇਹ ਹੁੰਦਾ ਵੀ ਮੈਂ ਸਿੱਖ ਹਾਂ ਅਤੇ ਮੈਨੂੰ ਸਿੱਖੀ ਕਮਾਉਣ ਦੀ ਨੀਯਤ ਹੈ ਪਰ ਮੇਰੇ ਵਿੱਚ ਤਾਕਤ ਕੋਈ ਨਹੀਂ ਪਾਪਾਂ ਦਾ ਭਰਿਆ ਪਿਆ। ਸਤਿਗੁਰੂ ਉਹਨੂੰ ਬਹੁਤ ਜਲਦੀ ਪ੍ਰਵਾਨ ਕਰਦੇ। ਇੱਕ ਸਿੱਖ ਦਾ ਨਾਮ ਆਉਂਦਾ, ਪੁਰਾਣਾ ਨਾਮ ਸੀ ਉਹਦਾ ਲੱਖੂ, ਗੁਰੂ ਅਰਜਨ ਦੇਵ ਜੀ ਦਾ ਸਿੱਖ ਹੋਇਆ। ਇਹ ਡਾਕੇ ਮਾਰਦਾ ਸੀ ਅਤੇ ਬੜਾ ਵੱਡਾ ਮਸ਼ਹੂਰ ਸੀ ਇਲਾਕੇ ਵਿੱਚ। ਇਹਨੇ ਕਤਲ ਕਰ ਲਏ ਸਨ ਵੀ ਸਰਕਾਰ ਵੀ ਛੱਡ ਦਿੱਤਾ ਇਹਨੂੰ, ਵੀ ਇਹ ਨਹੀਂ ਵੱਸ ਵਿੱਚ ਆਉਂਦਾ। ਇੱਕ ਸਿੱਖ ਦੀ ਸੰਗਤ ਮਿਲੀ ਭਾਈ ਕਲਿਆਣਾ ਜੀ ਦੀ। ਭਾਈ ਕਲਿਆਣਾ ਜੀ ਅੰਮ੍ਰਿਤਸਰੋਂ ਲੱਕੜਾਂ ਲੈਣ ਜਾਂਦੇ ਸੀ, ਸੇਵਾ ਚੱਲਦੀ ਸੀ ਦਰਬਾਰ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਵਕਤ। ਅਤੇ ਉਹਨਾਂ ਦੀ ਆਦਤ ਸੀ, ਗੁਰੂ ਅਰਜਨ ਦੇਵ ਜੀ ਨੂੰ ਉਹਨਾਂ ਕਿਹਾ ਵੀ ਮੈਂ ਇਕੱਲਾ ਰਹਿਣਾ ਚਾਹੁੰਦਾ, ਇਕਾਂਤ, ਕਿਉਂਕਿ ਇਹ ਵੀ ਇੱਕ ਖੁਰਾਕ ਇਸ ਮਾਰਗ ਦੀ, ਇਕਾਂਤ ਵਿੱਚ ਰਹਿਣਾ ਚਾਹੁੰਦਾ। ਸਤਿਗੁਰੂ ਨੇ ਕਿਹਾ ਵੀ ਚੱਲ ਇਕਾਂਤ ਵੀ ਅਤੇ ਸੇਵਾ ਇਕੱਠੀ, ਸਵੇਰੇ ਜਾਇਆ ਕਰੋ ਇੱਕ ਲੱਕੜਾਂ ਦੀ ਪੰਡ ਇਕੱਠੀ ਕਰਕੇ, ਨਾਲੇ ਉੱਥੇ ਇਕਾਂਤ ਵਿੱਚ ਰਹਿ ਲਿਆ, ਸ਼ਾਮ ਨੂੰ ਆ ਕੇ। ਉਹ ਜਾਂਦੇ ਸੀ ਇੱਕ ਰੁੱਖ ਥੱਲੇ ਬੈਠੇ ਅਤੇ ਸਾਧ ਸੰਗਤ ਉੱਥੋਂ ਲੱਖੂ ਲੰਘਿਆ, ਧਾੜ ਵੀ ਇਹਨੂੰ ਕਹਿੰਦੇ ਸੀ, ਮੋਢੇ 'ਤੇ ਗਣਾਸੀ ਚੁੱਕੀ, ਆਦਮੀ ਮਾਰਨਾ ਇਹਦੇ ਵਾਸਤੇ ਕੋਈ ਗੱਲ ਨਹੀਂ ਸੀ। ਜਦੋਂ ਉੱਥੋਂ ਲੰਘ ਰਿਹਾ ਸੀ ਪਗਡੰਡੀ ਤੋਂ ਅਤੇ ਇਹਨੂੰ ਆਵਾਜ਼ ਆਈ ਪਾਠ ਦੀ, ਕਿਉਂਕਿ ਭਾਈ ਕਲਿਆਣਾ ਜੀ ਜਪਜੀ ਸਾਹਿਬ ਪੜ੍ਹ ਰਹੇ ਸੀ ਬੈਕ ਰੁੱਖ ਦੇ ਥੱਲੇ ਛਾਂ ਵਿੱਚ। ਇਹਨੇ ਵੇਖਿਆ ਕੋਈ ਆਦਮੀ ਲੱਗਦਾ, ਦੌੜ ਇੱਧਰ ਨੂੰ ਆਇਆ, ਲੁੱਟ ਲਈਏ। ਇਹਨੇ ਸੋਚਿਆ ਵੀ ਪਹਿਲਾਂ ਮਾਰਨੇ ਆ, ਲੁੱਟਾਂਗੇ ਬਾਅਦ ਵਿੱਚ। ਜਦੋਂ ਕੁਹਾੜੇ ਨੂੰ ਹੱਥ ਪਾਏ ਨਾ ਅਤੇ ਹੱਥ ਜਵਾਬ ਦੇ ਗਿਆ ਫੜਨ ਨੂੰ, ਜਦੋਂ ਦਰਸ਼ਨ ਕੀਤੇ ਨਾ ਸਿੱਖ ਦੇ, ਪੂਰਾ ਪੁਰਖ ਹਿਰਦੈ ਹਰ ਸਿਮਰਤ ਮੁੱਖ ਦੇਖਤ ਅਗ ਜਾਹੇ ਪਰੇਰੇ।
ਕਹਿੰਦਾ ਕਮਾਲ ਦਾ ਆਦਮੀ, ਪਹਿਲੀ ਵਾਰੀ ਮੇਰਾ ਇਹ ਮੈਨੂੰ ਇਹਦੇ ਉੱਤੇ ਤਰਸ ਆਇਆ, ਨਹੀਂ ਤਾਂ ਤਰਸ ਉਹਦੇ ਨੇੜੇ ਨਹੀਂ ਸੀ। ਜੀ ਕੀਤਾ ਵੀ ਇੱਕ ਚੰਗਾ ਆਦਮੀ ਹੈ ਧਰਤੀ। ਜਦੋਂ ਨੇੜੇ ਗਿਆ ਨਾ ਤਾਂ ਭਾਈ ਸਾਹਿਬ ਜੀ ਪੜ੍ਹ ਰਹੇ ਸਨ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਕਮਾਈ ਵਾਲੇ ਦੇ ਸ਼ਬਦ ਸਨ, ਅੰਦਰ ਧੱਸ ਗਏ, ਬਹਿ ਗਿਆ ਕੋਲ ਚੌਂਕੜਾ ਮਾਰ। ਜਪਜੀ ਸਾਹਿਬ ਦਾ ਭੋਗ ਪਿਆ, ਸਮਾਪਤੀ ਕੀਤੀ ਅਤੇ ਭਾਈ ਕਲਿਆਣੇ ਨੇ ਵੇਖਿਆ ਵੀ ਸਾਹਮਣੇ ਬੈਠਾ ਸੱਜਣ ਨਾਂ ਸੁਣਿਆ ਸੀ ਪਹਿਲਾਂ, ਉਹ ਹੀ ਲੱਗਦਾ। ਪਰ ਉੱਥੇ ਭੈ ਕਿੱਥੇ ਸੀ? ਸਮਾਪਤੀ ਹੋਈ ਅਤੇ ਉਹ ਜਿਹੜਾ ਲੱਖੂ ਧਾੜਵੀ ਸੀ ਨਾ, ਜਿਹਨੇ ਕਦੀ ਰੱਬ ਨੂੰ ਜਾਣੀ ਨਹੀਂ ਸੀ, ਕੋਈ ਉਪਦੇਸ਼ ਨਹੀਂ ਸੀ ਸੁਣਿਆ, ਕੋਈ ਮੰਦਿਰ ਮਸਜਿਦ ਗੁਰਦੁਆਰਾ ਨਹੀਂ ਸੀ ਉਹਦੀ ਜ਼ਿੰਦਗੀ ਵਿੱਚ, ਅਤੇ ਜਦੋਂ ਚੁੱਪ ਕੀਤੇ ਨਾ ਭਾਈ ਕਲਿਆਣਾ ਜੀ, ਅਤੇ ਭਾਈ ਲੱਖੂ ਕਹਿੰਦਾ ਵੀ ਇੱਕ ਵਾਰੀ ਹੋਰ ਸੁਣਾ ਜੋ ਕੁਝ ਤੂੰ ਪੜ੍ਹਨਾ। ਕਹਿੰਦੇ ਕੀ ਗੱਲ? ਕਹਿੰਦੇ ਕਿੱਥੋਂ ਲਿਆ ਤੂੰ ਕਿਹੜੀ? ਇਹ ਸਵਾਦ ਬੜਾ ਲੱਗਾ ਮੈਨੂੰ, ਆਵਾਜ਼ ਬੜੀ, ਆਪਾਂ ਇੱਕ ਵਾਰੀ ਹੋਰ। ਭਾਈ ਕਲਿਆਣੇ ਨੇ ਕਿਹਾ ਵੀ ਪੜ੍ਹਾਂਗੇ ਬਾਅਦ ਵਿੱਚ, ਤੂੰ ਕੌਣ ਹੈ, ਦੱਸਿਆ ਸਾਰਾ ਕੁਝ। ਪਰ ਕਹਿੰਦਾ ਅੱਜ ਮੇਰੇ ਅੰਦਰ ਤਬਦੀਲੀ ਆ ਗਈ, ਮੈਂ ਸੰਖੇਪ ਵਿੱਚ ਗੱਲ ਕਰਾਂਗਾ। ਗੁਰੂ ਅਰਜਨ ਦੇਵ ਜੀ ਕੋਲ ਗਏ, ਮੈਂ ਨੀਅਤ ਦੀ ਗੱਲ ਕਰ ਰਿਹਾ ਸੀ, ਲੈ ਕੇ ਗਏ ਭਾਈ ਕਲਿਆਣਾ ਜੀ ਅੱਗੇ। ਗੁਰੂ ਅਰਜਨ ਦੇਵ ਜੀ ਬੈਠੇ ਨੇ, ਸੰਗਤ ਸੇਵਾ ਕਰਦੀ ਹੈ ਅਤੇ ਸਤਿਗੁਰੂ ਪਰਿਕਰਮਾ ਵਿੱਚ ਬੈਠੇ, ਅਤੇ ਕਲਿਆਣਾ ਗਿਆ, ਕਦੀ ਸੰਗਤ ਵਿੱਚ ਗਿਆ ਨਹੀਂ ਸੀ, ਜਾਣ ਦੀ ਜਾਂਚ ਨਹੀਂ ਸੀ ਵੀ ਹੱਥ ਜੋੜੀਦੇ ਨੇ ਮੱਥਾ ਟੇਕੀ ਦਾ, ਜਿਵੇਂ ਆਪ ਅਸੀਂ ਆਉਂਦੇ ਹਾਂ ਜਾਂਚ ਸਿੱਖੀ ਹੁੰਦੀ, ਭਾਵੇਂ ਬਾਹਰੋਂ ਹੀ ਸਹੀ ਜਾਂਚ 'ਤੇ ਆਈ ਹੈ ਨਾ। ਪਰ ਉਹ ਸਿੱਧਾ ਸਾਦਾ ਬੰਦਾ ਸੀ, ਜਾ ਕੇ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਆਕੜ ਕੇ ਖਲੋ ਗਿਆ, ਕੋਈ ਹੱਥ ਨਹੀਂ ਜੋੜੇ। ਪਰ ਸਤਿਗੁਰੂ ਬੜੇ ਖੁਸ਼ ਹੋਏ ਉਹਨੂੰ ਵੇਖ ਕੇ, ਇਹ ਵੇਖੋ ਕਿਵੇਂ ਦੀ ਗੱਲ ਹੈ। ਸਤਿਗੁਰੂ ਕਹਿੰਦੇ ਤੇਰਾ ਨਾਂ ਕੀ ਹੈ? ਕਹਿਣ ਲੱਗਾ ਲੱਖੂ ਧਾੜਵੀ। ਤੁਸੀਂ ਸੁਣੇ ਹੋਣਾ? ਕਹਿੰਦੇ ਹਾਂ। ਇਹ ਨਹੀਂ ਕਿਹਾ ਵੀ ਮੈਂ ਕੋਈ ਬੜਾ ਚੰਗਾ ਆਦਮੀ। ਕਹਿੰਦੇ ਮੈਂ ਡਾਕੇ ਮਾਰਨਾ, ਧਾੜਵੀ ਹਾਂ। ਸਤਿਗੁਰੂ ਕਹਿੰਦੇ ਠੀਕ ਹੈ। ਕਹਿੰਦੇ ਮੈਨੂੰ ਇਹ ਤੁਹਾਡਾ ਸਿੱਖ ਮਿਲਿਆ, ਇਹ ਜਿਹੜੀ ਗੱਲ ਤੁਸੀਂ ਇਹਨੂੰ ਦਿੱਤੀ, ਥੋੜ੍ਹੀ ਜਿਹੀ ਮੇਰੇ 'ਤੇ ਵੀ ਕਿਰਪਾ ਕਰੋ। ਉਹਨੂੰ ਨਹੀਂ ਪਤਾ ਕੀ ਹੈ ਕੀ ਨਹੀਂ, ਬਹੁਤੀ ਵਿਆਖਿਆ ਨਹੀਂ ਜਾਣਦਾ। ਸਤਿਗੁਰੂ ਨੇ ਸਮਝ ਲਿਆ, ਕਹਿਣ ਲੱਗੇ ਦੋ ਗੱਲਾਂ ਦਾ ਜਵਾਬ ਦੇ ਦੇ, ਦੋ ਗੱਲਾਂ ਦੱਸ ਦੇ। ਨਹੀਂ ਝੁਕਿਆ, ਨਹੀਂ ਮੱਥਾ ਟੇਕਿਆ, ਸਿੱਧੀ ਗੱਲ ਚੱਲ ਗਈ। ਸਭ ਤੋਂ ਪਹਿਲਾਂ ਕਿਹਾ, ਕਹਿਣ ਲੱਗੇ ਲੱਖੂ ਜ਼ਿੰਦਗੀ ਵਿੱਚ ਕੋਈ ਚੰਗਾ ਕੰਮ ਕੀਤਾ ਹੀ? ਅਤੇ ਲੱਖੂ ਚੁੱਪ ਕਰਕੇ ਖਲੋ ਗਿਆ। ਕਹਿੰਦੇ ਠਹਿਰੋ ਥੋੜ੍ਹਾ ਜਿਹਾ ਦੱਸ ਨਾ ਸੋਚ ਕੇ, ਮੈਂ ਕੱਚੇ ਹੱਥ ਨਹੀਂ ਪਾਉਂਦਾ ਕਿਸੇ ਗੱਲ। ਜੇ ਆਪਣੇ ਵਰਗਾ ਹੁੰਦਾ ਤਾਂ ਕਹਿੰਦਾ ਛਬੀਲ ਲਾਈ ਸੀ ਪਿਛਲੇ ਸਾਲ, ਆਹ ਕੀਤਾ ਸੀ, ਇੰਨੇ ਪਾਠ ਕਰਾਏ ਨੇ, ਯਾਤਰਾ ਕਰਕੇ ਆਇਆ, ਲਿਸਟ ਰੱਖੀ ਹੋਈ ਹੈ ਨਾ। ਥੋੜ੍ਹਾ ਚਿਰ ਖਲੋ ਕੇ ਕਹਿੰਦਾ ਸਤਿਗੁਰੂ ਗੱਲ ਇਹ ਹੈ ਵੀ ਇੱਕ ਵੀ ਚੰਗਾ ਕੰਮ ਨਹੀਂ ਕੀਤਾ ਸਾਰੀ ਉਮਰ ਵਿੱਚ। ਕਿਹੜਾ ਬੰਦਾ ਜਿਹੜਾ ਪ੍ਰਵਾਨ ਕਰ ਲਿਆ ਮੈਂ ਚੰਗਾ ਨਹੀਂ ਕੀਤਾ ਦੁਨੀਆ ਵਿੱਚ, ਹੈ ਕੋਈ? ਗੁਰੂ ਉਹਨੂੰ ਲੱਭਦਾ ਫਿਰਦਾ ਜਿਹੜਾ ਇਹ ਅੰਦਰੋਂ ਪ੍ਰਵਾਨ ਕਰ ਲਿਆ ਮੈਂ ਚੰਗਾ ਕੁਝ ਨਹੀਂ ਕੀਤਾ। ਸਵੇਰੇ ਮੈਂ ਇੱਥੋਂ ਲੰਘਿਆ ਸੀ ਅਤੇ ਭਾਈ ਸਾਹਿਬ ਆਸਾ ਦੀ ਵਾਰ ਤੋਂ ਬਾਅਦ ਇੱਕ ਪੰਕਤੀ ਪੜ੍ਹੀ ਉਹਨਾਂ ਨੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਮੈਂ ਕਿਹਾ ਸਤਿਗੁਰੂ ਅੱਖਰ ਤਾਂ ਦੋ ਹੀ ਨੇ ਪਰ ਇਹਨੂੰ ਪਾਰ ਕਰਦਿਆਂ ਪਤਾ ਨਹੀਂ ਕਿੰਨੇ ਜਨਮ ਲੱਗਣੇ ਨੇ, ਇਹ ਗੱਲ ਬਹੁਤ ਔਖੀ। ਕਹਿਣ ਲੱਗਾ ਕੋਈ ਚੰਗਾ ਇੱਕ ਵੀ ਨਹੀਂ ਕੀਤਾ ਬਿਲਕੁਲ। ਕਹਿੰਦੇ ਕੋਈ ਮੰਦਰ ਕੋਈ ਇਹਦੇ? ਕਹਿੰਦੇ ਕੱਖ ਨਹੀਂ ਜੀ ਬਿਲਕੁਲ। ਕੀ ਹੋਇਆ? ਮੰਦਰ ਦੇ ਅੱਗੇ ਸਿਰ ਥੋੜ੍ਹਾ ਜਿਹਾ ਝੁਕਾ ਲਿਆ ਹੋਵੇ। 50% ਸਤਿਗੁਰੂ ਦਾ ਧਿਆਨ ਹੋ ਗਿਆ ਉਹਦੇ 'ਤੇ। ਇਹਨੂੰ ਕਹਿੰਦੇ ਜਦੋਂ ਗੁਰੂ ਨਜ਼ਰ ਪਾਉਂਦਾ ਬੰਦੇ 'ਤੇ, ਕਿੰਨੇ ਪਾਪ ਸਨ, ਪੰਡ ਸੀ ਪਾਪਾਂ ਦੀ ਉਹਦੇ ਸਿਰ 'ਤੇ, ਉੱਠ ਕੇ ਖਲੋ ਗਿਆ। ਕਹਿੰਦੇ ਹੁਣ ਦੂਜਾ ਜਵਾਬ ਦੇ ਦੇ, ਕੋਈ ਮਾੜਾ ਕੀਤਾ ਹੀ? ਮਾੜੇ ਕਿੰਨੇ ਕੁ ਕੀਤੇ ਨਹੀਂ ਉਹ ਵੀ ਦੱਸ। ਪਰਤ ਕੇ ਕਹਿੰਦਾ ਜੀ ਕੋਈ ਮਾੜਾ ਕੰਮ ਨਹੀਂ ਛੱਡਾ ਦੁਨੀਆ ਦਾ, ਸਾਰੇ ਕੀਤੇ ਨੇ, ਜਿੰਨੇ ਕਹਿ ਲਓ ਉਹਨੇ ਕੀਤੇ। ਗੁਰੂ ਅਰਜਨ ਦੇਵ ਜੀ ਨੇ ਉੱਠ ਕੇ ਬਾਂਹ ਫੜ ਲਈ, ਬਾਂਹ ਫੜ ਕੇ ਘੁੱਟੀ ਅਤੇ ਬੇੜਾ ਪਾਰ ਕਰ ਦਿੱਤਾ। ਇੰਨਾ ਟਾਈਮ ਇਹ ਉਹ ਸਿੱਖ ਸੀ ਜਿਹਨੂੰ ਬਾਅਦ ਵਿੱਚ ਕਹਿੰਦੇ ਸੀ ਭਾਈ ਕਮਲੀਆ, ਇਹਦਾ ਨਾਂ ਬਦਲ ਗਿਆ ਸੀ ਲੱਖੂ ਤੋਂ। ਕਿਉਂ? ਕਿਉਂਕਿ ਇੱਕ ਕੰਬਲੀ ਉੱਤੇ ਲੈਂਦਾ ਹੁੰਦਾ ਸੀ, ਦਿਨ ਰਾਤ ਲਾਹੌਰ ਦੇ ਆਲੇ ਦੁਆਲੇ ਜੰਗਲਾਂ ਵਿੱਚ ਰਹਿੰਦਾ ਸੀ, ਬੰਦਗੀ ਵਿੱਚ ਲੀਨ ਰਹਿੰਦਾ ਸੀ। ਇਹ ਉਹ ਹੀ ਸਿੱਖ ਸੀ ਜਿਹਨੇ
ਬੁੱਧੂ ਦੇ ਆਵੇ ਬਾਰੇ ਕਿਹਾ ਸੀ ਵੀ ਜਿੰਨਾ ਮਰਜ਼ੀ ਜ਼ੋਰ ਲਾ ਲੈ ਆਵਾ ਨਹੀਂ ਪੱਕਣਾ। ਇਹ ਉਹ ਸਿੱਖ ਸੀ। ਇੱਕਦਮ ਇੱਥੇ ਕਿਵੇਂ ਚਲਾ ਗਿਆ, ਕਿਹੜੀ ਚੀਜ਼ ਸੀ? ਕਈਆਂ ਨੇ ਕਿਹਾ ਵੀ ਗੁਰੂ ਅਰਜਨ ਦੇਵ ਜੀ ਨੂੰ ਇਹ ਬੰਦਾ ਪਰਸੋਂ ਆਇਆ, ਇੰਨੀ ਉੱਚੀ ਦਸ਼ਾ ਬਣ ਗਈ, ਅਸੀਂ ਕਦੇ ਦੇ ਬੈਠੇ ਹਾਂ। ਕਹਿਣ ਲੱਗੇ ਬਹਿਣ ਦਾ ਸਵਾਲ ਨਹੀਂ ਇੱਥੇ, ਸਮੇਂ ਦਾ ਬਸ ਇਹਨੇ ਪ੍ਰਵਾਨ ਕਰ ਲਿਆ ਅਤੇ ਜਿਹਨੇ ਪ੍ਰਵਾਨ ਕਰ ਲਿਆ ਉਹ ਪੰਚ ਪ੍ਰਵਾਨ ਪੰਚ ਪ੍ਰਧਾਨ ਹੋ ਗਿਆ। ਪੰਚੇ ਪਾਵੇ ਦਰਗਹਿ ਮਾਣ, ਇਹਨੇ ਮੈਨੂੰ ਪ੍ਰਵਾਨ ਨਹੀਂ ਕੀਤਾ, ਪਹਿਲਾਂ ਆਪਣੇ ਆਪੇ ਨੂੰ ਪ੍ਰਵਾਨ ਕੀਤਾ ਵੀ ਮੈਂ ਗੁਨਾਹਗਾਰ ਹਾਂ। ਮੈਂ ਤਾਂ ਬਾਅਦ ਵਿੱਚ ਪ੍ਰਵਾਨ ਕੀਤਾ, ਆਪਣੇ ਆਪੇ ਨੂੰ ਪਹਿਲਾਂ ਪ੍ਰਵਾਨ ਕਰ ਲਿਆ, ਇਸ ਕਰਕੇ ਪ੍ਰਵਾਨ। ਮੈਂ ਜਿਹੜੀ ਬੇਨਤੀ ਸਾਂਝੀ ਕਰ ਰਿਹਾ ਸੀ, ਇਹ ਮਾਰਗ ਪ੍ਰਵਾਨਗੀ ਦਾ, ਪਾਪ ਦਾ ਇੱਥੇ ਕੋਈ ਸਵਾਲ ਨਹੀਂ। ਕਿੰਨੇ ਨੇ ਕਿੰਨੇ ਨਹੀਂ, ਤੁਸੀਂ ਸਲੋਕ ਸਹਿਸਕ੍ਰਿਤੀ ਪੜ੍ਹੋ ਗੁਰੂ ਅਰਜਨ ਦੇਵ ਜੀ ਦੀ ਬਾਣੀ, ਇੱਥੇ ਪਾਪਾਂ ਦਾ ਸਵਾਲ ਨਹੀਂ, ਇੱਥੇ ਨੀਯਤ ਦਾ ਸਵਾਲ ਹੈ। ਨੀਯਤ ਦਾ ਮਤਲਬ ਮੈਂ ਤੇਰੀ ਗੱਲ ਮੰਨਣੀ ਚਾਹੁੰਦਾ ਸਤਿਗੁਰੂ, ਪਰ ਮੇਰੇ ਤੋਂ ਹੁੰਦਾ ਨਹੀਂ, ਉਸ ਤਰ੍ਹਾਂ ਮੇਰੀ ਇਮਦਾਦ ਕਰ। ਉਹ ਹੈ ਸਿੱਖੀ। ਹੋਰ ਇਹ ਨਹੀਂ ਵੀ ਸਾਰੇ ਧੁੱਪੇ ਹੋਏ ਇੱਥੇ ਆਉਂਦੇ ਨੇ, ਪਾਪ ਹੋਣ ਵੀ ਭਾਵੇਂ, ਉਹਦੇ ਵਾਸਤੇ ਸੱਚੇ ਪਾਤਸ਼ਾਹ ਨੇ ਕਿਹਾ ਬਈ ਘੋਰ ਦੁਖਿਅੰਗ ਅਨਿਕ ਹੱਤਿਅੰਗ ਜਨਮ ਦਰਿਦਰੰਗ ਮਹਾਂ ਵਿਖਿਆਦੰਤ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰਗ ਕਰੋ। ਥੋੜ੍ਹੀ ਜਿਹੀ ਬਾਣੀ ਮਹਿੰਗੀ। ਘੋਰ ਦੁਖਿਅੰਗ, ਜਿਸ ਬੰਦੇ ਦੀ ਜ਼ਿੰਦਗੀ ਵਿੱਚ ਇਕੱਲਾ ਦੁੱਖ ਨਹੀਂ, ਸੰਘਣਾ ਦੁੱਖ ਹੈ, ਜਿਵੇਂ ਕਾਲਾ ਬੱਦਲ ਚੜ੍ਹ ਕੇ ਆਉਂਦਾ ਹੈ, ਵਿਰਲਾ ਬੱਦਲ ਨਹੀਂ, ਘੋਰ ਉਹਨੂੰ ਕਹਿੰਦੇ ਨੇ। ਘੋਰ ਦੁਖਿਅੰਗ ਅਨਿਕ ਹੱਤਿਅੰਗ, ਜਿਹਨੇ ਅਨੇਕਾਂ ਹੀ ਹੱਤਿਆਵਾਂ ਕੀਤੀਆਂ ਹਨ। ਜਨਮ ਦਰਿਦਰੰਗ, ਜਿਹਦਾ ਜੀਵਨ ਦਲਿੱਦਰ ਆਲ ਸੁਸਤੀ ਨਾਲ ਭਰਿਆ ਪਿਆ। ਮਹਾਂ ਵਿਖਿਆਦੰਗ, ਵਿਖਿਆਦਕ ਵੈਸੇ ਜ਼ਹਿਰ ਨੂੰ ਕਹਿੰਦੇ ਪਰ ਇੱਥੇ ਅਰਥ ਨੇ ਵਿਕਾਰ, ਸਰੀਰ ਵਿਕਾਰਾਂ ਵਿੱਚ ਭਰਿਆ। ਮਹਾਂ ਵਿਖਿਆਦੰ, ਇਹ ਬੰਦਾ ਤਰ ਸਕਦਾ? ਕਹਿੰਦੇ ਜੀ ਹਾਂ। ਮਿਟੰਤ ਸਗਲ, ਇਹ ਸਾਰਾ ਕੁਝ ਮਿਟ ਜਾਏਗਾ। ਕਿਵੇਂ? ਸਿਮਰੰਤ ਹਰ ਨਾਮ ਨਾਨਕ, ਇੱਥੇ ਵਿਸ਼ਰਾਮ ਆਉਂਦਾ ਨਾਨਕ। ਮਿਟੰਤ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰਗ ਕਰੋਤ। ਪਾਵਕ ਕਹਿੰਦੇ ਨੇ ਅੱਗ ਨੂੰ ਅਤੇ ਕਾਸ਼ਟ ਕਹਿੰਦੇ ਨੇ ਲੱਕੜਾਂ ਨੂੰ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਸਿੱਖੋ, ਲੱਖ ਮਣ ਲੱਕੜਾਂ ਪਈਆਂ ਹੋਣ ਅਤੇ ਲੱਖ ਮਣ ਅੱਗ ਨਹੀਂ ਲਿਆਉਣੀ ਪੈਂਦੀ ਉਹਨੂੰ ਸਾੜਨ ਵਾਸਤੇ, ਅੱਗ ਦਾ ਇੱਕ ਚੰਗਿਆਰਾ ਉਹਨੂੰ ਸਾੜ ਕੇ ਸਵਾਹ ਕਰ ਦਿੰਦਾ। ਪਾਪਾਂ ਦਾ ਢੇਰ ਲੱਗਾ ਹੋਵੇ ਤਾਂ ਉਹਨੇ ਪੁੰਨ ਨਹੀਂ ਕਰਨੇ ਪੈਂਦੇ ਸਿੱਖ ਨੂੰ, ਫਿਰ ਗੁਰੂ ਕੋਲ ਆਉਣ ਦੀ ਕੀ ਲੋੜ, ਜੇ ਹਿਸਾਬ ਹੀ ਕਰਨਾ ਸੀ। ਸਮਰਪਿਤ ਹੋ ਜਾ, ਸੌਂਪ ਦੇ, ਇੱਥੇ ਲੇਖਾ ਨਹੀਂ। ਜਿੱਦਣ ਲੇਖਾ ਹੋ ਗਿਆ ਗੁਰੂ ਨਾਲੋਂ ਸੰਬੰਧ ਟੁੱਟਣਾ ਸ਼ੁਰੂ ਹੋ ਜਾਏਗਾ। ਇੱਕ ਸਿੱਖ ਹੋਰ ਹੋਇਆ ਗੁਰੂ ਨਾਨਕ ਦੇਵ ਜੀ ਦਾ, ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਉਹਦਾ ਨਾਂ ਲਿਖਿਆ। ਨਵਾਬ ਸੀ, ਰਾਜਾ ਸੀ, ਸੁਲਤਾਨਪੁਰ ਦਾ, ਤੁਸੀਂ ਸੁਣਿਆ ਹੋਣਾ, ਦੌਲਤ ਖਾਨ, ਜਿਹਦੇ ਕੋਲ ਗੁਰੂ ਸਾਹਿਬ ਨੇ ਮੋਦੀਖਾਨੇ ਦਾ ਕੰਮ ਕੀਤਾ ਸੀ। ਇਹ ਉਹੀ ਬੰਦਾ ਜਿਹੜਾ ਨਮਾਜ਼ ਪੜ੍ਹਨ ਕਹਿੰਦਾ ਸੀ, ਤੁਸੀਂ ਨਮਾਜ਼ ਪੜ੍ਹੋ, ਜੇ ਸਾਰੇ ਇੱਕੋ ਨੇ ਹਿੰਦੂ ਮੁਸਲਮਾਨ, ਤੁਸੀਂ ਨਮਾਜ਼ ਪੜ੍ਹੋ। ਜਦੋਂ ਉੱਥੇ ਗਏ, ਗੱਲ ਚੱਲਦੀ ਗਈ, ਇਹ ਗੁਰੂ ਸਾਹਿਬ ਦਾ ਸ਼ਰਧਾਲੂ ਵੀ ਬਣ ਚੁੱਕਾ ਸੀ। ਬੜੇ ਬੰਦੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੇ ਇੱਕ ਵਾਰੀ ਗੁਰੂ ਸਾਹਿਬ 'ਤੇ ਭਰੋਸਾ ਕਰ ਲਿਆ ਪਰ ਪਰਤ ਕੇ ਵਿੱਚ ਟੁੱਟਾ। ਤੁਸੀਂ ਹੈਰਾਨ ਹੋਵੋਗੇ, ਗੁਰੂ ਸਾਹਿਬ ਸਾਹਮਣੇ ਸਨ ਸਰੀਰਕ ਤੌਰ 'ਤੇ ਵੀ, ਫਿਰ ਵੀ ਟੁੱਟ ਗਿਆ, ਇਹ ਪਤਾ ਨਹੀਂ ਲੱਗਦਾ। ਇਸ ਕਰਕੇ ਕਹਿੰਦੇ ਅਰਦਾਸ ਵਿੱਚ ਰਹੀਂ ਅਤੇ ਮਾਣ ਨਾ ਕਰੀਂ, ਪਤਾ ਕੋਈ ਨਹੀਂ, ਵੱਡਿਆਂ ਵੱਡਿਆਂ ਨੂੰ ਥੱਲੇ ਰੇੜ ਦਿੰਦਾ, ਬਹੁਤ ਵੱਡਾ ਬੇਪਰਵਾਹ। ਇਹ ਸ਼ਰਧਾਲੂ ਸੀ, ਗੁਰੂ ਸਾਹਿਬ ਨੂੰ ਇਹ ਪੀਰ ਮੰਨਦਾ ਸੀ, ਰੱਬ ਮੰਨਦਾ ਸੀ, ਸ਼ਰਧਾ ਕਰਦਾ ਸੀ। ਇੱਕ ਦਿਨ ਕਿਸੇ ਨੇ ਜਾ ਕੇ ਚੁਗਲੀ ਲਾ ਦਿੱਤੀ ਵੀ ਗੁਰੂ ਸਾਹਿਬ ਦਾ ਹਿਸਾਬ ਠੀਕ ਨਹੀਂ ਦੁਕਾਨ ਵਿੱਚ, ਕਿਸੇ ਨੇ ਕਹਿ ਦਿੱਤਾ ਬਾਹਰੋਂ। ਅਤੇ ਚੁਗਲਖੋਰ ਨੂੰ ਨਾ ਕਵੀ ਸੰਤੋਖ ਸਿੰਘ ਹੋਰਾਂ ਨੇ ਸੂਰਜ ਪ੍ਰਕਾਸ਼ ਵਿੱਚ ਲਿਖਿਆ ਵੀ ਇਹਨੂੰ ਰੱਬ ਵੱਲੋਂ ਵਾਰੇ, ਇਹਦੀ ਗੱਲ ਬੜੀ ਛੇਤੀ ਬੰਦਾ ਮੰਨਦਾ। ਚੁਗਲਖੋਰ ਜਿਹੜਾ, ਇੰਨਾ ਪਿਆਰ ਸੀ। ਜਦੋਂ ਉਸ ਬੰਦੇ ਨੇ ਜਾ ਕੇ ਕਿਹਾ ਨਾ ਵੀ ਜਿਸ ਬਾਬੇ ਨਾਨਕ ਨੂੰ ਤੂੰ ਗੁਰੂ ਮੰਨਣਾ, ਉਹ ਤਾਂ ਤੇਰੀ ਦੁਕਾਨ ਵਿੱਚੋਂ ਧੋਖੇਬਾਜ਼ੀ ਕਰੀ ਜਾਂਦਾ, ਉਹ ਤੇ ਲੇਖਾ 'ਤੇ ਜਾ ਕੇ ਲੈ। ਦੂਜੇ ਦਿਨ ਗੁਰੂ ਸਾਹਿਬ ਕੋਲ ਬੰਦਾ ਭੇਜਿਆ, ਕਹਿੰਦੇ ਬੁਲਾਉਂਦੇ,
ਉਹਨਾਂ ਚਿਰ ਸਿਮਰਨ ਆਵਾਜ਼ ਠੀਕ ਹੋ ਗਈ। ਫਿਰ ਧਿਆਨ ਦਿਓ, ਇੱਕ ਆਦਮੀ ਭੇਜਿਆ, ਕਹਿੰਦੇ ਜਾਓ ਗੁਰੂ ਸਾਹਿਬ ਨੂੰ ਬੁਲਾ ਕੇ ਲਿਆਓ। ਸਤਿਗੁਰੂ ਗਏ, ਕਹਿੰਦੇ ਜੀ ਥੋੜ੍ਹਾ ਜਿਹਾ ਹਿਸਾਬ ਕਰਨਾ, ਕਾਪੀ ਲਿਆਓ ਕਿਤਾਬ। ਗੁਰੂ ਸਾਹਿਬ ਕਹਿੰਦੇ ਕਾਪੀ ਦਾ ਤਾਂ ਰੱਬ ਦਾ ਕੋਈ ਸੁਨੇਹ ਨਹੀਂ। ਬਸ ਟੁੱਟ ਗਈ ਗੱਲ। ਕਹਿੰਦੇ ਨਹੀਂ ਜੀ ਵੈਸੇ ਹੀ ਇੱਥੇ। ਕਹਿੰਦੇ ਠੀਕ ਹੈ, ਹਿਸਾਬ ਦੇ ਦਿੱਤਾ, ਪੈਸੇ ਗੁਰੂ ਸਾਹਿਬ ਦੇ ਬਚ ਗਏ ਉਹਦੇ ਵੱਲ। ਇਤਿਹਾਸ ਵਿੱਚ ਲਿਖਿਆ ਪੈਸੇ ਬਚ ਗਏ, ਪਰ ਮੋਦੀਖਾਨੇ ਦਾ ਹਿਸਾਬ ਰੱਖ ਦਿੱਤਾ। ਕਹਿੰਦੇ ਦੌਲਤ ਖਾਂ ਹੁਣ ਤੇਰੀ ਨੌਕਰੀ ਨਹੀਂ ਕਰਨੀ, ਛੱਡ ਦਿੱਤੀ ਉਸ ਦਿਨ। ਭਾਵੇਂ ਬਾਅਦ ਵਿੱਚ ਇਹ ਸ਼ਰਧਾਲੂ ਬਣਿਆ ਅਤੇ ਤਰਿਆ, ਪਰ ਗੁਰੂ ਸਾਹਿਬ ਨੇ ਕਿਹਾ ਸੀ ਜੇ ਮੇਰੇ ਨਾਲ ਤੁਰਨਾ ਹੀ ਤਾਂ ਪੈਨ ਕਾਗਜ਼ ਲੈ ਕੇ ਨਾ, ਮੈਂ ਹਿਸਾਬ ਨੂੰ ਨਹੀਂ ਮੰਨਦਾ ਹੁੰਦਾ। ਇੱਥੇ ਬੇਹਿਸਾਬੀ ਗੱਲ ਚੱਲਦੀ, ਇੱਥੇ ਲੇਖਾ ਨਹੀਂ ਚੱਲੇਗਾ ਇਸ ਘਰ ਦੇ ਵਿੱਚ। ਇਸ ਕਰਕੇ ਜਿਹੜੀ ਗੱਲ ਕਰ ਰਿਹਾ ਸੀ ਤਾਣ ਨਾਲ ਜਿਨ੍ਹਾਂ ਨੇ ਗਾਇਆ, ਇਹ ਵਿਰੋਧੀ ਸ਼ਬਦ ਨੇ, ਉਸ ਵਿਸ਼ੇ 'ਤੇ ਆਵਾਂ। ਤਾਣ ਨਾਲ ਜਿਨ੍ਹਾਂ ਨੇ ਗਾਇਆ ਪਰ ਆਸ ਤੋਂ ਨਿਰਾਸ਼, ਮੈਂ ਉਸ ਗੁਰਮੁਖ ਦੇ ਸਵਾਲ ਦੀ ਗੱਲ ਕਰ ਰਿਹਾ ਸੀ। ਉਹਨਾਂ ਕਿਹਾ ਵੀ ਜੇ ਜ਼ੋਰ ਲਾਉਣਾ ਅਤੇ ਨਾ ਲਾਉਣਾ ਕੀ ਹੈ, ਸਿਆਣਪ ਚੱਲਦੀ ਹੈ ਕਿੰਨੀ ਇਸ ਘਰ ਦੇ ਵਿੱਚ, ਸਿਆਣਪ ਨਾਲ ਸਹਿਜ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲਦਾ, ਨਾਲ ਜ਼ੋਰ ਚੱਲਦਾ ਫਿਰ ਜ਼ੋਰ ਤੋਂ ਬਿਨਾਂ ਕਿਵੇਂ ਹੋ ਸਕੇ, ਜ਼ੋਰ ਤਾਂ ਲਾਉਣਾ ਹੀ ਪੈਂਦਾ। ਇਹ ਭੇਦ ਕੀ ਹੈ? ਜਦੋਂ ਗੁਰੂ ਸਾਹਿਬ ਕਹਿੰਦੇ ਵੀ ਜ਼ੋਰ ਨਾ ਲਾ, ਉਹਦਾ ਮਤਲਬ ਇਹ ਨਹੀਂ ਵੀ ਤੂੰ ਬਿਲਕੁਲ ਢਿੱਲਾ ਹੋ ਕੇ ਨਾਮ ਜਪ ਜਾ, ਜਦੋਂ ਜੀ ਕਰੇਗਾ ਜਪ ਲਈ, ਜਾਂ ਪੂਰੀ ਤਰ੍ਹਾਂ ਉੱਚੀ ਨਹੀਂ ਬੋਲਣਾ, ਇਹ ਨਹੀਂ ਗੱਲ। ਉਹਦਾ ਮਤਲਬ ਹੈ ਵੀ ਜਦੋਂ ਤੂੰ ਨਾਮ ਜਪਣਾ ਨਾ, ਇੱਛਾ ਕਰੇਗਾ ਅਤੇ ਇੱਛਾ ਦੇ ਨਾਲ ਫਿਰ ਉਹ ਜ਼ੋਰ ਵਾਲੀ ਗੱਲ ਸ਼ੁਰੂ ਹੋ ਜਾਂਦੀ। ਜੇ ਕੁਝ ਤੂੰ ਇੱਛਾ ਕਰਕੇ ਜਪਣਾ, ਜਿਵੇਂ ਗੁਰੂ ਅਰਜਨ ਦੇਵ ਜੀ ਦਾ ਬਚਨ ਤੁਸੀਂ ਹੁਣੇ ਪੜ੍ਹਿਆ, ਕਾਹੂ ਫਲ ਕੀ ਇੱਛਾ ਨਹੀਂ ਬੰਸ਼ ਹੈ, ਇਹ ਉਵੇਂ ਦੀ ਘਟਨਾ ਹੈ ਜਿਵੇਂ ਇੱਕ ਬੰਦਾ ਅੰਬ ਦਾ ਰੁੱਖ ਬੀਜਦਾ ਹੈ, ਪਰ ਉਹਨੇ ਅੰਬ ਬਾਰੇ ਕਦੀ ਸੋਚਿਆ ਨਹੀਂ ਵੀ ਲੱਗੇਗਾ ਅਤੇ ਖਾਵਾਂਗਾ। ਬੀਜਿਆ ਜ਼ਰੂਰ ਹੈ, ਧਰਤੀ ਗੋਡੀ, ਫਿਰ ਅੰਬ ਨੂੰ ਦਵਾਈ ਵੀ ਪਾਉਂਦਾ, ਫਿਰ ਖਾਦ ਵੀ ਪਾਉਂਦਾ, ਸਾਰਾ ਕੁਝ ਕਰਦਾ, ਸਭ ਕੁਝ ਕਰੀ ਜਾਂਦਾ, ਪਰ ਉਹਨੂੰ ਪੁੱਛੋ ਕੋਲੋਂ ਆਇਆ ਉਹਨੇ ਕਿਹਾ ਵੀ ਕਿੰਨੇ ਮਣ ਅੰਬ ਲੱਗਣਗੇ ਇਸ ਨੂੰ, ਕਿੰਨੇ ਦੇ ਨਿਕਲਣਗੇ? ਕਹਿੰਦਾ ਇਹਦੇ ਬਾਰੇ ਮੈਂ ਕਦੀ ਨਹੀਂ ਸੋਚਿਆ, ਮੈਂ ਖੁਸ਼ੀ ਨਾਲ ਬੀਜਿਆ ਇਕੱਲਾ। ਇਹਨੂੰ ਕਹਿੰਦੇ ਨੇ ਹੱਠ ਕਰਕੇ ਨਾ ਜਪਣ, ਇਹਨੂੰ ਕਹਿੰਦੇ ਸਹਿਜ ਅਵਸਥਾ ਵਿੱਚ ਜਪਣ। ਸਹਿਜ ਅਵਸਥਾ ਦਾ ਜਪਣ ਦਾ ਮਤਲਬ ਹੈ ਕੰਮ ਕਰਨਾ, ਸਿਰਫ ਕੰਮ ਕਰਨਾ, ਕੰਮ ਕਰਨਾ, ਕਰੀ ਜਾਣਾ, ਕਰੀ ਜਾਣਾ। ਕੀ ਕਰਨਾ? ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਜੋ ਗੁਰ ਕਹਿ ਸੋਈ ਭਲ ਮਾਨੋ, 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 ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਭਲ ਮਾਨੋ, ਜੋ ਗੁਰ ਕਹਿ ਸੋਈ ਭਲ ਮਾਨੋ, ਜੋ ਗੁਰ ਸੋਈ ਭਲ ਮਾਨੋ। ਇੱਛਾ ਤੋਂ ਬਿਨਾਂ ਜਪਣਾ, ਇਹਨੂੰ ਕਹਿੰਦੇ ਜ਼ੋਰ ਤੋਂ ਬਿਨਾਂ ਜਪਣਾ। ਕਿਉਂਕਿ ਇਹ ਤਿੰਨ ਚੀਜ਼ਾਂ ਮੈਂ 2 ਮਿੰਟਾਂ ਵਿੱਚ ਕਹਿ ਦਿਆਂਗਾ, ਹਉਮੈ ਇਸ ਰਾਹ ਵਿੱਚ ਰੁਕਾਵਟ ਹੈ, ਅਤੇ ਹਉਮੈ ਪੈਦਾ ਹੁੰਦੀ ਹੈ ਇੱਛਾ ਦੇ ਵਿੱਚੋਂ। ਕਿਸੇ ਚੀਜ਼ ਦੀ ਵੀ ਇੱਛਾ ਹੋ ਜਾਏ, ਸਿਆਣਪ ਉੱਥੇ ਨਹੀਂ ਚੱਲਦੀ, ਇੱਛਾ ਉੱਥੇ ਨਹੀਂ ਚੱਲਦੀ। ਤਾਂ ਹੀ ਤਾਂ ਭਾਈ ਗੁਰਦਾਸ ਜੀ ਨੇ ਕਿਹਾ ਗੁਰਸਿੱਖੀ ਬਾਰੀਕ ਹੈ। ਹੋਰ ਬਰੀਕ ਦਾ ਮਤਲਬ ਇਹ ਨਹੀਂ ਵੀ ਇੱਕ 2 ਖੰਭਿਆਂ ਦੇ ਉੱਤੇ ਤਾਰ ਵੱਜੀ ਅਤੇ ਸਿੱਖ ਨੇ ਪੈਰ ਰੱਖ ਕੇ ਤੁਰਨਾ ਹੈ, ਇਹ ਬਰੀਕੀ ਨਹੀਂ। ਉੱਥੇ ਬਰੀਕੀ ਅੰਦਰ ਦੀ ਹੈ ਵੀ ਕੰਮ ਕਰਨਾ ਹੈ, ਕੰਮ ਕਰੀ ਜਾਣਾ ਹੈ, ਔਰ ਮੰਗਣਾ ਕੁਝ ਨਹੀਂ। ਥੋੜ੍ਹਾ ਜਿਹਾ ਮੰਗਿਆ ਅਤੇ ਗੁਰੂ ਨੇ ਕਿਹਾ ਚਲਾ ਜਾ, ਕਮਾਲ ਹੋ ਗਿਆ। ਜੇ ਕੋਈ ਸਿਆਣਪ ਲੈ ਕੇ ਆਇਆ ਉਹਨੇ ਕਿਹਾ ਚਲਾ ਜਾ ਸਿਆਣਪ ਦੀ। ਇੱਥੇ ਤੁਸੀਂ ਇੱਕ ਸਿੱਖ ਕੌਮ ਦੇ ਵਿੱਚ ਬਹੁਤ ਵੱਡੇ ਵਿਦਵਾਨ ਦੇ ਬਾਰੇ ਸੁਣਿਆ ਹੋਣਾ, ਵਾਕਈ ਭਾਈ ਗੁਰਦਾਸ ਜੀ ਤੋਂ ਬਾਅਦ ਉਹਨਾਂ ਦਾ ਨਾਂ ਆਉਂਦਾ, ਭਾਈ ਸਾਹਿਬ ਭਾਈ ਨੰਦ ਲਾਲ ਜੀ।
ਅਤੇ ਇਕੱਲੇ ਉਹ ਗੁਰੂ ਘਰ ਦੇ ਵਿਦਵਾਨ ਨੇ ਉਸ ਵੇਲੇ ਦੇ ਜਿਹੜਾ ਜਿੰਨਾ ਏਸ਼ੀਆ ਜਿਹਨੂੰ ਅੱਜ ਅਸੀਂ ਕਹਿੰਦੇ ਹਾਂ ਅਤੇ ਅਰਬ ਕੰਟਰੀ ਸਾਰਾ ਅੱਧੀ ਦੁਨੀਆ ਦਾ ਵਿਦਵਾਨ ਸੀ ਉਹ, ਕਿਉਂਕਿ ਫਾਰਸੀ ਉਹਦੇ ਕੋਲ, ਅਰਬੀ ਉਹਦੇ ਕੋਲ, ਉਰਦੂ ਦਾ ਉਹ ਜਾਣੂ, ਪੰਜਾਬੀ, ਹਿੰਦੀ ਸਭ, ਸੰਸਕ੍ਰਿਤ ਕੋਈ ਚੀਜ਼ ਨਹੀਂ ਸੀ ਜਿਹੜੀ ਉਹਨੇ ਉਹ ਗਜਨੀ ਵਿੱਚ ਰਹਿੰਦੇ ਸਨ। ਉੱਥੇ ਗੁਰੂ ਸਾਹਿਬ ਦਾ ਪਿਆਰ ਘਰੋਂ ਲੱਗਾ, ਇਹਦੀ ਘਰ ਵਾਲੀ ਪਾਠ ਕਰਦੀ ਸੀ ਭਾਈ ਨੰਦ ਲਾਲ ਜੀ। ਫਿਰ ਇਹ ਦਿੱਲੀ ਗਏ, ਕੁਰਾਨ ਦੀ ਇੱਕ ਆਇਤ ਦੇ ਕਿਸੇ ਤੋਂ ਅਰਥ ਨਹੀਂ ਸਨ ਹੋਏ, ਔਰੰਗਜ਼ੇਬ ਨੇ ਕਰਾਏ ਸਨ, ਸਾਰੇ ਮੁਲਾਣੇ ਸੱਦੇ ਸਨ ਅਤੇ ਭਾਈ ਨੰਦ ਲਾਲ ਜੀ ਦਿੱਲੀ ਸਨ, ਬਹਾਦਰ ਸ਼ਾਹ ਇਹਨਾਂ ਦਾ ਮਿੱਤਰ ਸੀ, ਔਰੰਗਜ਼ੇਬ ਦਾ ਪੁੱਤਰ, ਇਹਨਾਂ ਨੂੰ ਸੱਦਿਆ, ਇਹਨਾਂ ਜਿਹੜੇ ਅਰਥ ਕੀਤੇ ਅਤੇ ਔਰੰਗਜ਼ੇਬ ਕੰਨਾਂ ਨੂੰ ਹੱਥ ਲਾ ਲਿਆ, ਕਹਿੰਦੇ ਇੰਨਾ ਵਿਦਵਾਨ, ਏਡਾ ਵੱਡਾ ਵਿਦਵਾਨ, ਕੁਰਾਨ ਦੀ ਆਇਤ ਦੇ ਅਰਥ ਕਿਸੇ ਤੋਂ ਨਹੀਂ ਹੋਏ ਜਿਹੜੇ ਭਾਈ ਨੰਦ ਲਾਲ ਜੀ ਨੇ ਕੀਤੇ, ਪਰ ਨਾਲ ਹੀ ਉਹਨੇ ਕਹਿ ਦਿੱਤਾ ਵੀ ਇਹ ਹਿੰਦੂ ਹੈ ਕਿ ਮੁਸਲਮਾਨ, ਪੁੱਛੋ। ਹਿੰਦੂ ਸਨ ਉਸ ਵੇਲੇ, ਹਿੰਦੂ ਸਨ ਜਦੋਂ ਉਹਨੇ ਪੁੱਛਿਆ ਨਾ ਔਰੰਗਜ਼ੇਬ ਨੇ, ਅਤੇ ਔਰੰਗਜ਼ੇਬ ਦਾ ਪੁੱਤਰ ਸੀ ਬਹਾਦਰ ਸ਼ਾਹ ਜਿਹੜਾ ਭਾਈ ਨੰਦ ਲਾਲ ਦਾ ਮਿੱਤਰ ਸੀ, ਉਹ ਬਾਂਹ ਫੜ ਕੇ ਬਾਹਰ ਲੈ ਗਿਆ, ਕਹਿਣ ਲੱਗਾ ਜਿੰਨੀ ਜਲਦੀ ਹੁੰਦਾ ਦਿੱਲੀਓਂ ਬਾਹਰ ਨਿਕਲ ਜਾਣੀ ਅਤੇ ਕੱਲ੍ਹ ਨੂੰ ਜਾਂ ਤੂੰ ਮੁਸਲਮਾਨ ਹੋਣਾ ਜਾਂ ਤੈਨੂੰ ਇਹਨੇ ਕਤਲ ਕਰ ਦੇਣਾ। ਉਹ ਜਾਣਦਾ ਸੀ ਕਿਉਂਕਿ ਵਿਧਵਤਾ ਜਿਹੜੀ ਉਹ ਵੀ ਦੁਸ਼ਮਣ ਬਣ ਗਈ। ਸ਼ਾਮ ਪੈ ਗਈ, ਉਹ ਕਹਿੰਦੇ ਵੀ ਜਾਵਾਂ ਕਿਹਦੇ ਕੋਲ, ਸਾਰੇ ਥਾਵਾਂ 'ਤੇ ਸਰਕਾਰ ਇਹਦੀ ਹੋਣ, ਜਿੱਥੇ ਜਾਵਾਂਗਾ ਉੱਥੇ ਇਹਨੇ ਪਕੜਾ ਲੈਣਾ। ਉੱਥੇ ਕਿਸੇ ਸਿੱਖ ਨੇ ਦੱਸਿਆ ਵੀ ਇੱਕ ਥਾਂ ਹੈ ਜਿੱਥੇ ਔਰੰਗਜ਼ੇਬ ਦਾ ਹੱਥ ਨਹੀਂ ਪੈਂਦਾ, ਉਹ ਕਿਹੜੀ ਥਾਂ ਹੈ? ਕਹਿੰਦੇ ਅਨੰਦਪੁਰ ਸਾਹਿਬ। ਕਿਉਂ? ਕਹਿੰਦੇ ਗੁਰੂ ਗੋਬਿੰਦ ਸਿੰਘ ਨੇ ਹੁਕਮਨਾਮਾ ਜਾਰੀ ਕੀਤਾ ਸਾਰੇ ਦੇਸ਼ ਵਿੱਚ ਵੀ ਕੋਈ ਵਿਦਵਾਨ ਹੋਵੇ ਜਿਹਨੂੰ ਔਰੰਗਜ਼ੇਬ ਤੰਗ ਕਰਦਾ ਸੱਚ ਲਿਖਣ ਤੋਂ, ਅਨੰਦਪੁਰ ਸਾਹਿਬ ਆ ਜਾਏ, ਉਹਨੂੰ ਰਿਹਾਇਸ਼ ਵੀ ਦਿਆਂਗਾ, ਉਹਦੀ ਰਾਖੀ ਵੀ ਕਰਾਂਗਾ। ਉਹਦੀ ਵਾਹ ਵੱਲ ਕੋਈ ਵੇਖ ਨਹੀਂ ਸਕਦਾ। ਇਹੀ ਕਾਰਨ ਸੀ ਵੀ 120 ਕਵੀ ਗੁਰੂ ਗੋਬਿੰਦ ਸਿੰਘ ਜੀ ਕੋਲ ਰਹਿੰਦੇ ਸਨ, ਇਹ ਸਾਰੇ ਔਰੰਗਜ਼ੇਬ ਦੇ ਸਤਾਏ ਹੋਏ ਸਨ, ਬਹੁਤ ਸਾਰੇ ਆ ਗਏ। ਵੱਖਰਾ ਇਹਨਾਂ ਦੀ ਰਹਿਣ ਸਹਿਣ ਸੀ, ਬੜਾ ਸੋਹਣਾ। ਗੁਰੂ ਸਾਹਿਬ ਮੋਹਰਾਂ ਦਿੰਦੇ ਸਨ ਇਹਨਾਂ ਨੂੰ, ਤੁਸੀਂ ਸੁਣਿਆ ਹੋਣਾ ਵੀ ਜਦੋਂ ਸੁੱਤੇ ਹੁੰਦੇ ਸਨ ਨਾ ਕਵੀ, ਸਿਰਾਣੇ ਦੇ ਥੱਲੇ ਮੋਹਰਾਂ ਰੱਖ ਜਾਂਦੇ ਸਨ, ਸਿਰਾਣੇ ਦੇ ਥੱਲੇ। ਇੱਕ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸਨ, ਉਹਨਾਂ ਕਿਹਾ ਵੀ ਆਹ ਵੀ ਗੱਲ ਹੈ, ਇਹ ਗੱਲ ਮੰਨਣ ਵਿੱਚ ਨਹੀਂ ਆਉਂਦੀ। ਪ੍ਰਧਾਨ ਸਾਹਿਬ ਸਨ ਗੁਰਦੁਆਰੇ ਦੇ, ਕਹਿੰਦੇ ਵੀ ਕਵੀਆਂ ਦੇ ਥੱਲੇ ਮੋਹਰਾਂ ਸੋਨੇ ਦੀਆਂ। ਮੈਂ ਕਿਹਾ ਤੁਸਾਂ ਕਿੱਥੋਂ ਮੰਨਣੀ, ਤੁਸਾਂ ਦੇ ਸਿਰਾਣੇ ਵੀ ਖਿੱਚ ਲੈਣੇ ਥੱਲੇ, ਮੋਹਰਾਂ ਕਿੱਥੇ ਰੱਖਣੀਆਂ? ਤੁਸੀਂ ਮੰਨਣ ਵਾਲੇ ਹੋ ਕਿਤੇ, ਸਿਰਾਣਾ ਹੀ ਨਹੀਂ ਛੱਡਿਆ, ਮੋਹਰ ਕਿੱਥੋਂ ਰੱਖੋਗੇ? ਇਹ ਕਲਗੀਆਂ ਵਾਲਾ ਸੀ ਜਿਹੜਾ ਮੋਹਰਾਂ ਰੱਖਦਾ ਸੀ। ਉੱਥੇ ਸੱਦੇ ਚਲੇ ਗਏ, ਰਾਤੋ ਰਾਤ ਪਹੁੰਚੇ, ਸਤਿਗੁਰੂ ਨੇ ਵੇਖ ਲਿਆ ਮੇਰਾ ਸਿੱਖ ਆ ਗਿਆ, ਪਿਆਰ ਦਿੱਤਾ, ਅਤੇ ਵਿਚਾਰੇ ਘਬਰਾਏ ਸਨ, ਡਰੇ ਸਨ ਔਰੰਗਜ਼ੇਬ ਦੇ। ਸਤਿਗੁਰੂ ਨੇ ਕਿਹਾ ਪਹਿਲਾਂ ਰੱਜ ਕੇ ਪ੍ਰਸ਼ਾਦਾ ਛਕ, ਅਤੇ ਰੱਜ ਕੇ ਸੌ ਚਾਰ ਦਿਨ ਤੇਰੇ ਨੇੜੇ ਨਹੀਂ ਕੋਈ ਆਏਗਾ, ਇੱਥੇ ਆਰਾਮ ਕਰ, ਫਿਰ ਗੱਲ ਕਰਾਂਗੇ ਤੇਰੇ ਨਾਲ। ਫਿਰ ਇੰਨੇ ਸਹਿਜੇ ਸਹਿਜੇ ਮੈਂ ਗੱਲ ਕਰ ਰਿਹਾ ਸੀ ਵੀ ਸਿਆਣਪ ਵੀ ਇੱਥੇ ਨਹੀਂ ਚੱਲਦੀ, ਵਿੱਦਿਆ ਹੈ ਤਾਂ ਸਹੀ। ਹੁਣ ਇਹ ਵਿਦਵਾਨ ਬੜੇ ਸਨ ਅਤੇ ਇਹ ਸਿੱਖਾਂ ਦੇ ਕੋਲ ਬਹਿ ਬਹਿ ਕੇ ਇਸ ਚੀਜ਼ ਨੂੰ ਸੁਣਦੇ ਸਨ ਵੀ ਸਿੱਖੀ ਕੀ ਹੈ, ਸਿੱਖੀ ਕਿਹੜੀ ਚੀਜ਼ ਹੈ, ਮੈਂ ਪੜ੍ਹਾਈ ਵਿੱਚੋਂ ਲੱਭਾਂ, ਉਹ ਪਤਾ ਨਹੀਂ ਸੀ ਲੱਗਦਾ, ਸਮਝ ਨਹੀਂ ਸੀ ਆਉਂਦੀ। ਸਤਿਗੁਰਾਂ ਨੂੰ ਵੀ ਕਈ ਵਾਰੀ ਪੁੱਛਿਆ, ਉਹਨਾਂ ਕਿਹਾ ਜੇ ਤੁਸੀਂ ਵਿਚਰੋ, ਸੇਵਾ ਕਰੋ, ਤੁਰਦੇ ਰਹੋ, ਕਿਉਂਕਿ ਇਹ ਚੀਜ਼ ਸਮੇਂ ਨਾਲ ਸਮਝ ਵਿੱਚ ਆਉਂਦੀ, ਇਹਦਾ ਪ੍ਰੋਸੀਜਰ ਹੁੰਦਾ, ਇਹਦਾ ਵਕਤ ਹੁੰਦਾ, ਉਸ ਤੋਂ ਪਹਿਲਾਂ ਪਤਾ ਨਹੀਂ ਲੱਗਦਾ। ਇੱਕ ਦਿਨ ਦੀ ਘਟਨਾ ਹੈ ਜਦੋਂ ਸਤਿਗੁਰੂ ਨੇ ਸਿੱਖੀ ਦੀ ਵਿਆਖਿਆ ਕਰਕੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਦੱਸੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਿਹੜੇ ਵਿੱਚ ਬਹਿ ਕੇ ਮੰਜੇ 'ਤੇ ਬੈਠੇ ਸਨ, ਮੰਜੇ 'ਤੇ ਬਹਿ ਕੇ ਸਿੰਘ ਨੂੰ ਕਹਿੰਦੇ ਪ੍ਰਸ਼ਾਦਾ ਇੱਥੇ ਛਕਾ ਦੇ ਅੱਜ। ਮੰਜੇ 'ਤੇ ਉਹਨੇ ਪ੍ਰਸ਼ਾਦਾ ਲਿਆਇਆ, ਛਕਣ ਲੱਗ ਪਏ, ਅਤੇ ਗੁਰੂ ਸਾਹਿਬ ਦੇ ਕੋਲ ਬੜੇ ਸੋਹਣੀ ਨਸਲ ਦੇ ਕੁੱਤੇ ਸਨ, ਇੱਕ ਕੁੱਤਾ ਨਾਲ ਰਹਿੰਦਾ ਹੁੰਦਾ ਸੀ, ਮਹਾਰਾਜ ਦੇ ਕੋਲ ਬੈਠਾ ਰਹਿੰਦਾ ਸੀ ਬਹੁਤਾ, ਉਹ ਇਹ ਮੰਜੇ 'ਤੇ ਇੱਕ ਪਾਸੇ ਬੈਠਾ। ਅਤੇ ਭਾਈ ਨੰਦ ਲਾਲ ਜੀ ਕਦੀ ਕਦੀ ਆ ਜਾਂਦੇ ਸਨ, ਉਦੋਂ ਵੀ ਆ ਗਏ। ਗੁਰੂ ਸਾਹਿਬ ਨੇ ਕਿਹਾ ਮੰਜੇ 'ਤੇ ਬਹਿ ਜਾਓ, ਕਹਿੰਦੇ ਨਹੀਂ ਮੈਂ ਧਰਤੀ 'ਤੇ ਬਹਿਣਾ।
ਪਾਵਾਂ ਫੜ ਕੇ ਇੱਕ ਪਾਸੇ ਬਹਿ ਗਏ, ਦੂਜੇ ਪਾਸੇ ਕੁੱਤਾ ਬੈਠਾ ਹੋਇਆ ਸੀ। ਅੱਜ ਉਹ ਗਿਆਨ ਗੁਰੂ ਗੋਬਿੰਦ ਸਿੰਘ ਭਾਈ ਨੰਦ ਲਾਲ ਜੀ ਨੂੰ ਦੇਣ ਲੱਗੇ ਜਿਹੜਾ ਕਿਸੇ ਪੋਥੀ ਵਿੱਚ ਨਹੀਂ ਸੀ। ਪ੍ਰਸ਼ਾਦਾ ਛਕਦੇ ਨੇ ਅਤੇ ਭਾਈ ਸਾਹਿਬ ਅਦਬ ਨਾਲ ਸਤਿਕਾਰ ਨਾਲ ਬੈਠੇ ਨੇ, ਸਤਿਗੁਰੂ ਦੇ ਦਰਸ਼ਨ ਕਰੀ ਜਾਂਦੇ ਅਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਪ੍ਰਸ਼ਾਦਾ ਛਕਦੇ ਛਕਦੇ ਕਦੀ ਕਦੀ ਇੱਕ ਗ੍ਰਾਹੀ ਤੋੜ ਕੇ ਕੁੱਤੇ ਨੂੰ ਪਾ ਦਿੰਦੇ ਨੇ। ਕੁੱਤਾ ਖਾ ਲੈਂਦਾ, ਫਿਰ ਛਕਣ ਲੱਗ ਪੈਂਦੇ, ਫਿਰ ਪਾ ਦਿੰਦੇ ਨੇ, ਫਿਰ ਭਾਈ ਸਾਹਿਬ ਵੱਲ ਬਹਿੰਦੇ ਨੇ, ਆਪ ਹੀ ਵਰਤ ਰਹੇ ਨੇ ਸਾਰੇ ਪਾਸੇ। ਭਾਈ ਸਾਹਿਬ ਦੇ ਮਨ ਵਿੱਚ ਖਿਆਲ ਆਇਆ ਵੀ ਗੁਰੂ ਸਾਹਿਬ ਨੂੰ ਬੇਨਤੀ ਕਰਾਂ, ਇੱਕ ਗ੍ਰਾਹੀ ਮੈਨੂੰ ਦਿਓ, ਮੇਰੇ 'ਤੇ ਕਿਰਪਾ ਕਰੋ। ਬੇਨਤੀ ਕਰ ਦਿੱਤੀ ਕਿਉਂਕਿ ਉਹ ਵਿਦਵਾਨ ਸਨ। ਕੁੱਤੇ ਨੂੰ ਸੱਗ ਕਹਿੰਦੇ ਨੇ, ਸੱਗ। ਕਹਿਣ ਲੱਗੇ ਮਹਾਰਾਜ ਇੱਕ ਬੁਰਕੀ, ਇੱਕ ਗ੍ਰਾਹੀ ਇਸ ਸੱਗ ਵੱਲ ਵੀ ਜਿਹੜਾ ਐਸ ਪਾਵੇ ਨਾਲ ਬੈਠਾ ਹੈ। ਇਹ ਨਿਮਰਤਾ ਤਾਂ ਬੜੀ ਸੀ, ਪਰ ਕਈ ਵਾਰੀ ਅਸੀਂ ਸੋਚਦੇ ਹਾਂ ਸਾਡੇ 'ਚ ਬੜੀ ਨਿਮਰਤਾ, ਗੁਰੂ ਨੂੰ ਪਤਾ ਇਸ ਨਿਮਰਤਾ ਦੇ ਵਿੱਚ ਵੀ ਅਜੇ ਨੁਕਸ ਹੈ ਕਿਤੇ। ਕਹਿਣ ਲੱਗਾ ਇੱਕ ਬੁਰਕੀ ਇਸ ਸੱਗ ਵੱਲ ਇੱਧਰ ਵੀ ਸਿੱਟ ਦਿਓ। ਸਤਿਗੁਰੂ ਨੇ ਗ੍ਰਾਹੀ ਤੋੜੀ, ਹੱਥ ਵਿੱਚ ਫੜੀ, ਫਿਰ ਕੁੱਤੇ ਵੱਲ ਸਿੱਟ ਦਿੱਤੀ। ਕਹਿਣ ਲੱਗੇ ਨੰਦ ਲਾਲ ਅਜੇ ਤੂੰ ਇਹਦੇ ਵਾਲੀ ਥਾਂ 'ਤੇ ਨਹੀਂ ਆਇਆ, ਅਜੇ ਤੈਨੂੰ ਬੁਰਕੀ ਨਹੀਂ ਮਿਲੇ। ਤੁਸੀਂ ਕਦੀ ਸੋਚੋ ਵੀ ਉਸ ਸਿੱਖ ਦੇ ਜੀਵਨ ਵਿੱਚ ਕਿੱਡਾ ਵੱਡਾ ਇਹ ਦਾਤ ਉਹਨੂੰ ਮਿਲੀ ਹੋਵੇਗੀ ਕਿ ਸਤਿਗੁਰੂ ਨੇ ਚੋਟ ਮਾਰੀ। ਜਦੋਂ ਇਹ ਸ਼ਬਦ ਕਹੇ ਭਾਈ ਨੰਦ ਲਾਲ ਜੀ ਹੈਰਾਨ ਹੋ ਗਏ, ਕਮਾਲ ਹੋ ਗਈ ਇਹ ਸ਼ਬਦ, ਮੈਂ ਅਜੇ ਇਸ ਥਾਂ 'ਤੇ ਨਹੀਂ ਆਇਆ। ਔਰ ਉਹਨਾਂ ਬਾਅਦ ਵਿੱਚ ਲਿਖਿਆ ਵੀ ਲਾਲ ਸੱਗ ਗੁਲਾਮ ਗੁਰੂ ਗੋਬਿੰਦ ਸਿੰਘ। ਕਹਿੰਦੇ ਨੰਦ ਲਾਲ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇਰੇ ਕੁੱਤਿਆਂ ਦਾ ਵੀ ਗੁਲਾਮ ਹੈ, ਉਹਨਾਂ ਤੋਂ ਵੀ ਥੱਲੇ ਹੈ, ਆਪ ਮੰਨਿਆ ਉਹਨਾਂ। ਮਹਾਰਾਜ ਕਹਿੰਦੇ ਅਜੇ ਤੇਰਾ ਵਕਤ ਨਹੀਂ। ਕਿੰਨਾ ਚਿਰ ਤੇ ਸੁਣ ਬੈਠੇ ਰਹੇ, ਸ਼ਬਦ ਨਹੀਂ ਕੋਈ ਨਿਕਲਿਆ ਵੀ ਕੀ ਕਹਾਂ। ਕਿਉਂਕਿ ਵੇਖੋ, ਕਦੀ ਸੋਚੋ ਬੰਦੇ ਨੂੰ ਚਾਰ ਅੱਖਰ ਆਉਂਦੇ ਹੋਣ ਅਤੇ ਉਹਨੂੰ ਕੋਈ ਬਾਹਰ ਜਾ ਕੇ ਥੋੜ੍ਹਾ ਜਿਹਾ ਕਹਿ ਦੇ, ਉਹ ਪਰਤ ਕੇ ਕਿਸੇ ਨਾਲ ਬੋਲਦਾ ਨਹੀਂ। ਕਲਾ ਦਾ ਹੰਕਾਰ ਹੁੰਦਾ, ਕਲਾ ਦਾ ਮਾਣ ਹੁੰਦਾ ਬੰਦੇ ਨੂੰ। ਉਹ ਤਾਂ ਏਡੇ ਵੱਡੇ ਵਿਦਵਾਨ ਜਿਨ੍ਹਾਂ ਨੇ ਸਾਰੇ ਹਿੰਦੁਸਤਾਨ ਦੇ ਵਿੱਚ ਧਾਂਗ ਜਮਾਈ ਸੀ, ਸਤਿਗੁਰੂ ਨੇ ਕਹਿ ਦਿੱਤਾ ਇਹਦੇ ਵਾਲੀ ਥਾਂ 'ਤੇ ਨਹੀਂ ਆਈ। ਥੋੜ੍ਹੇ ਚਿਰ ਬਾਅਦ ਸੰਭਲ ਕੇ ਫਿਰ ਬੋਲੇ, ਕਹਿਣ ਲੱਗੇ ਮਹਾਰਾਜ ਹੁਣ ਕਿਰਪਾ ਕਰੋ, ਇਹ ਵੀ ਦੱਸ ਦਿਓ ਵੀ ਇਹਦੇ ਕੋਲ ਕਿਹੜਾ ਗੁਣ ਹੈ ਅਤੇ ਮੇਰੇ ਕੋਲ ਕਿਹੜਾ ਨਹੀਂ, ਮੈਂ ਉਧਾਰਨ ਕਰ ਲਵਾਂ ਇਹਦੇ ਉੱਤੋਂ, ਸਿੱਖ ਲਾਂ ਇਸ ਕੁੱਤੇ ਨੂੰ। ਸਤਿਗੁਰੂ ਨੇ ਕਿਹਾ ਫਰਕ ਥੋੜ੍ਹਾ ਹੀ ਹੈ, ਇਹਨੂੰ ਮੈਂ ਤਾਂ ਪਾਉਂਦਾ ਵੀ ਇਹਨੇ ਮੰਗੀ ਨਹੀਂ ਕਰਾਈ ਕਦੀ ਮੇਰੇ ਕੋਲ, ਤੂੰ ਮੰਗ ਲਈ ਇਸ ਕਰਕੇ ਤੈਨੂੰ ਨਹੀਂ ਮਿਲੀ। ਬਸ ਇੰਨਾ ਕੁ ਜ਼ੋਰ ਨਾ ਸੁਰਤੀ, ਇਹ ਮੰਗਦਾ ਨਹੀਂ ਮਹਾਰਾਜ, ਮੰਗਦਾ ਨਹੀਂ। ਕਹਿੰਦੇ ਸਾਰਾ ਦਿਨ ਭਾਵੇਂ ਬੈਠਾ ਰਹੇ, ਪੂੰਛ ਹਿਲਾਈ ਜਾਂਦਾ, ਮੈਂ ਖਾ ਲਵਾਂ, ਮੈਂ ਭਾਂਡੇ ਵਿੱਚ ਦੁੱਧ ਵੀ ਥੱਲੇ ਰੱਖਦੇ ਆ ਕੇ ਦੁੱਧ ਨੂੰ ਮੂੰਹ ਨਹੀਂ ਲਾਉਂਦਾ, ਇੰਨਾ ਵਫ਼ਾਦਾਰ ਹੈ। ਸਵਾਮੀ ਕੋ ਗ੍ਰਹਿ ਜਿਉਂ ਸਦਾ, ਸਵਾਣ ਤਜਤ ਨਹਿ ਨਿਤ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਕਹਿੰਦੇ ਸਮਝ ਆ ਗਈ। ਕਹਿੰਦੇ ਗੱਲ ਇੰਨੀ ਕੁ, ਜਿਹੜੀ ਪੰਕਤੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਸੀ, ਕਾਹੂ ਫਲ ਕੀ ਇੱਛਾ ਨਹੀਂ, ਬਾਛਾ ਸਿੱਖੀ ਬਰੀਕ ਸਿਰਫ ਇੱਥੇ ਹੈ, ਹੋਰ ਕੋਈ ਬਰੀਕੀ ਦਾ ਕੋਈ ਵਿੱਦਿਆ ਦਾ ਨਾ ਸਮਝਣਾ ਵੀ ਸਿੱਖ ਬਣਨ ਵਾਸਤੇ ਪਹਿਲਾਂ ਗ੍ਰੈਮਰ ਸਿੱਖਣੀ ਪਏਗੀ। ਕੋਈ ਨਹੀਂ ਜੇ ਉੱਥੇ ਕੱਖ, ਕੋਈ ਗ੍ਰੈਮਰ ਨਹੀਂ, ਕੋਈ ਵਿੱਦਿਆ ਨਹੀਂ, ਕੋਈ ਅੱਖਰ ਨਹੀਂ। ਅੱਖਰ ਸਿਰਫ ਤਾਂ ਵਰਤੇ ਜਾਂਦੇ ਵੀ ਉਹ ਦਸ਼ਾ ਲੱਭ ਜਾਓ, ਪੁਜੀਸ਼ਨ ਪਤਾ ਲੱਗੇ ਜਿੱਥੇ ਸਿੱਖੀ ਹੈ। ਇਸ ਕਰਕੇ ਸਤਿਗੁਰੂ ਨੂੰ ਬੇਨਤੀ ਕੀਤੀ, ਮਹਾਰਾਜ ਫਿਰ ਉਹ ਕਿਵੇਂ ਹੋਵੇ? ਕਹਿਣ ਲੱਗੇ ਸੇਵਾ ਅਤੇ ਸਿਮਰਨ ਦੋ ਹੀ ਰਾਹ ਨੇ, ਰੱਬ ਦਾ ਸਿਮਰਨ ਕਰਿਆ ਕਰ, ਸੇਵਾ ਕਰਿਆ ਕਰ। ਕਿੰਨਾ ਕੁ ਕਹਿੰਦੇ ਗਿਣੀ ਦਾ ਨਹੀਂ ਹੁੰਦਾ, ਜਿੰਨਾ ਹੁੰਦਾ ਓਨਾ ਹੀ ਕਰ। ਅਤੇ ਗੁਰੂ ਸਾਹਿਬ ਨੇ ਸਪਸ਼ਟ ਕਰ ਦਿੱਤਾ, ਪੜ੍ਹੀਏ ਪਿਆਰ ਨਾਲ, ਲੱਖ ਲੱਖ ਗੇੜਾ ਆਖੀਐ
ਲੱਖ ਲੱਖ ਗੇੜਾ ਆਖੀਐ ਲੱਖ 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 ਗੇੜਾ ਆਖੀਐ ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼ ਇੱਕ ਨਾਮ ਜਗਦੀਸ਼ ਇੱਕ ਨਾਮ ਇਤਰਾਹੇ ਪਤ ਪਵੜੀਆਂ ਇਤਰਾਹੇ ਪਤ ਪਵੜੀਆਂ ਚੜੀਆ ਹੋਏ ਇੱਕੀਸ ਚੜੀਆ ਹੋਏ ਇੱਕੀਸ ਚੜੀਆ ਲੱਖ ਲੱਖ ਗੇੜਾ ਆਖੀਐ ਲੱਖ ਲੱਖ ਗੇੜਾ ਆਖੀਐ ਲੱਖ ਲੱਖ ਇੱਕ ਨਾਮ ਜਗਦੀਸ਼ ਇੱਕ ਨਾਮ ਜਗਦੀਸ਼ ਇੱਕ ਨਾਮ ਕਰਨ ਤੇ ਨਾ ਕਰਨ ਦੇ ਵਿਚਲਾ ਇੱਕ ਥਾਂ ਉੱਥੇ ਸਿੱਖੀ ਦੀ ਸ਼ੁਰੂਆਤ ਹੁੰਦੀ ਹੈ। ਕਰਨਾ ਅਤੇ ਇੰਜ ਕਰਨਾ ਜਿਵੇਂ ਨਹੀਂ ਕੀਤਾ ਸਿੱਖੀ ਉੱਥੇ ਬਰੀਕ ਤਾਂ ਕਹੀ ਅਤੇ ਭਾਈ ਗੁਰਦਾਸ ਜੀ ਅੱਜ ਬਚਨ ਕਹਿ ਰਹੇ ਨੇ ਗੁਰਮੁਖ ਮਾਰਗ ਚੱਲਣਾ। ਇੱਥੇ ਇਸ਼ਾਰਾ ਕਰਦੇ ਨੇ ਵੀ ਇਹ ਮਾਰਗ ਹੈ ਅਤੇ ਇਹਦੇ 'ਤੇ ਚੱਲਣਾ ਪੈਂਦਾ। ਇਕੱਲਾ ਸੁਣਨ ਜਾਂ ਪੜ੍ਹਨ ਦੇ ਨਾਲ ਇਹ ਪੰਧ ਨਿਬੜਦਾ ਨਹੀਂ, ਇਹਦੇ 'ਤੇ ਤੁਰਨਾ ਪੈਂਦਾ, ਪੈਰ ਰੱਖਣੇ ਪੈਂਦੇ। ਪੰਧ ਹੈ ਇੱਕ ਤਰ੍ਹਾਂ ਦਾ। ਹਾਂ, ਇਹ ਵੱਖਰੀ ਗੱਲ, ਇਹ ਬਾਹਰਲੀ ਸੜਕ ਨਹੀਂ, ਇਹ ਅੰਦਰਲੀ ਸੜਕ। ਅੰਦਰ ਤੁਰਨਾ, ਸੁਭਾਅ ਨੂੰ ਤਬਦੀਲ ਕਰਨਾ, ਅੰਦਰਲੀਆਂ ਆਦਤਾਂ ਨੂੰ ਬਦਲਣਾ, ਇਹ ਮਾਰਗ ਹੈ ਇਹਦਾ। ਕਹਿੰਦੇ ਗੁਰਮੁਖ ਮਾਰਗ ਚੱਲਣਾ, ਆਸ ਨਿਰਾਸੀ। ਆਸ ਵੀ ਰੱਖਣੀ ਹੈ ਅਤੇ ਨਿਰਾਸ਼ ਵੀ ਰਹਿਣਾ, ਇੱਛਾ ਵੀ ਰੱਖਣੀ ਹੈ। ਭਾਈ ਵੀਰ ਸਿੰਘ ਜੀ ਨੂੰ ਕਿਸੇ ਇਹਦੇ ਅਰਥ ਪੁੱਛੇ ਸੀ ਵੀ ਇਹ ਦੋ ਗੱਲਾਂ ਕਿਵੇਂ ਕੱਟੀਆਂ, ਆਸ ਵੀ ਅਤੇ ਨਿਰਾਸ਼ ਵੀ। ਉਹਨਾਂ ਦੇ ਘਰ ਦੇ ਬਾਹਰਲੇ ਪਾਸੇ ਨਾ ਇੱਕ ਗਲੀਚਾ ਜਿਹਾ ਵਿਛਿਆ ਹੋਇਆ ਸੀ ਕੱਪੜਾ ਕਈ ਦਿਨਾਂ ਦਾ, ਕਿਤੇ ਬਹਿਣ ਲੱਗੇ ਬਾਹਰ, ਸੇਵਕ ਨੇ ਵਿਛਾ ਦਿੱਤਾ ਅਤੇ ਬਹਿੰਦੇ ਬਹਿੰਦੇ ਵਾਪਸ ਤੁਰ ਗਿਆ, ਕੰਮ ਪੈ ਗਿਆ, ਉਹ ਵਿਛਿਆ ਰਿਹਾ। ਜਦੋਂ 5-6 ਦਿਨ ਲੰਘ ਗਏ ਅਤੇ ਫਿਰ ਆਏ, ਉਹ ਉੱਥੇ ਵਿਛਿਆ ਹੋਇਆ ਜਿੱਥੇ ਵਿਛਾ ਕੇ ਗਏ ਸੀ। ਉੱਥੇ ਉਹਨਾਂ ਨੇ ਕਵਿਤਾ ਰਚੀ, ਕਹਿਣ ਲੱਗੇ ਸਿੱਖੀ ਦੀ ਜਾਚ ਸਿੱਖਣੀ ਹੈ ਅਤੇ ਗਲੀਚੇ ਤੋਂ ਸਿੱਖ ਆ ਜਿਹੜਾ ਉਦਣ ਦਾ ਵਿਛਿਆ, ਬਹਿਣ ਵਾਲਾ ਤੁਰ ਗਿਆ ਪਰ ਇਹ ਉੱਥੇ ਪਿਆ ਹੋਇਆ। ਕਵਿਤਾ ਕਹੀ, ਵਿਛਿਆ ਰਹੋ ਮਨ ਵਿਛਿਆ ਰਹੋ, ਸਤਿਗੁਰ ਅੱਗੇ ਵਿਛਿਆ ਰਹੋ, ਤੂੰ ਸਿਰਫ ਵਿਛਣਾ, ਗੁਰੂ ਦੇ ਅੱਗੇ ਸਮਰਪਿਤ ਕਰਨਾ। ਵਿਛਿਆ ਰਹੋ ਮਨ ਵਿਛਿਆ ਰਹੋ, ਵਾਂਗ ਗਲੀਚੇ ਵਿਛਿਆ ਰਹੋ, ਜਿਵੇਂ ਆਹ ਗਲੀਚਾ ਹੈ। ਜ਼ੋਰ ਨਾ ਕੋਈ, ਹੱਠ ਨਾ ਕੋਈ, ਆਪਾ ਭੇਟਾ ਧਰ ਕੇ ਬਹੁ ਗੁਰੂ ਦੇ ਅੱਗੇ ਬੈਠਾ ਰਹੋ। ਦਰਵੇਸ਼ ਦੇ ਅਰਥ ਹੀ ਇਹਨੇ, ਜਿਹੜਾ ਦਰਵਾਜ਼ੇ ਦੇ ਉੱਤੇ ਲਟਕਿਆ ਰਹੇ, ਉਹ ਮੰਗਦਾ ਨਹੀਂ, ਬਸ ਦਰਵਾਜ਼ੇ 'ਤੇ ਬੈਠਾ ਰਹਿੰਦਾ। ਇਸ ਕਰਕੇ ਉਹਨਾਂ ਨੇ ਇਹ ਸ਼ਬਦ ਕਹੇ ਨੇ, ਆਸ ਨਿਰਾਸੀ। ਸਹਿਜ ਸਰੋਵਰ ਸੱਚ ਖੰਡ, ਸਾਧ ਸੰਗਤ ਸੱਚ ਤਖਤ ਹਰੀੜੀ। ਸਹਿਜ ਸਰੋਵਰ ਦਾ ਮਤਲਬ ਸਹਿਜ ਅਵਸਥਾ, ਇਹ ਸੰਗਤ ਵਿੱਚ ਸਹਿਜ ਅਵਸਥਾ ਵਿੱਚ ਰਹਿ ਕੇ, ਸਹਿਜ ਭਾਵਨਾ ਵਿੱਚ ਰਹਿ ਕੇ, ਟਿਕਾਅ ਵਿੱਚ ਰਹਿ ਕੇ ਇਹ ਸਿੱਖੀ ਦੀ ਕਮਾਈ ਕਰਨੀ। ਔਰ ਤੁਸੀਂ ਸ਼ਾਇਦ ਸੁਣਿਆ ਹੋਵੇਗਾ, ਇਹ ਭਾਈ ਸਾਹਿਬ ਨਾਲ ਮਹਾਂਪੁਰਸ਼ਾਂ ਦਾ ਬਹੁਤ ਪਿਆਰ ਸੀ, ਬਾਬਾ ਹਰਨਾਮ ਸਿੰਘ ਜੀ ਜਿਹੜੇ ਇੱਥੇ ਸਿੰਘ ਰਹਿੰਦੇ, ਉਹਨਾਂ ਨੂੰ ਪਤਾ ਹੈ ਵੀ ਗੁਰੂ ਨਾਨਕ ਚਮਤਕਾਰ, ਕਲਗੀਧਰ ਚਮਤਕਾਰ ਉਹ ਰੋਜ਼ ਸ਼ਾਮ ਨੂੰ ਸੁਣਦੇ ਸੀ। ਇੱਕ ਵਾਰ ਦੀ ਘਟਨਾ ਹੈ ਵੀ ਭਾਈ ਸਾਹਿਬ ਬਿਮਾਰ ਹੋ ਗਏ, ਭਾਈ ਵੀਰ ਸਿੰਘ
ਬਾਬਾ ਹਰਨਾਮ ਸਿੰਘ ਹੋਰਾਂ ਨੂੰ ਪਤਾ ਲੱਗਾ, ਕਹਿੰਦੇ ਚਲੋ ਪਤਾ ਲੈ ਕੇ ਆਉਣਾ। ਜਦੋਂ ਪਤਾ ਲੈਣ ਗਏ ਤਾਂ ਡਾਕਟਰਾਂ ਨੇ ਕਿਹਾ ਸੀ ਕਿਸੇ ਨਾਲ ਗੱਲ ਨਹੀਂ ਕਰਨੀ, ਕਮਰੇ ਵਿੱਚ ਸੀ ਭਾਈ ਵੀਰ ਸਿੰਘ ਹੋਰੀ। ਅਤੇ ਬਾਬਾ ਹਰਨਾਮ ਸਿੰਘ ਜੀ ਬਾਹਰ ਬਹਿ ਗਏ, ਸੇਵਾਦਾਰ ਨੂੰ ਪਤਾ ਨਹੀਂ ਲੱਗਾ ਬਈ ਇਹ ਮਹਾਂਪੁਰਸ਼ ਨੇ, ਕਿਉਂਕਿ ਇਹ ਆਪੋ ਆਪਣਾ ਸੁਭਾਅ ਹੈ, ਹੁਣ ਕੋਈ ਜਲਾਓ ਨਹੀਂ ਕਰਦੇ, ਨਹੀਂ ਵਿਖਾਵਾ ਕਰਦੇ। ਕਈ ਵਾਰੀ ਵਿਖਾਵਾ ਨਾ ਕੀਤਾ ਨੁਕਸਾਨ ਵੀ ਕਰਦਾ, ਕਈ ਵਾਰੀ ਕੀਤਾ ਹੋਇਆ ਨੁਕਸਾਨ ਕਰਦਾ, ਕਈ ਵਾਰੀ ਪਤਾ ਨਹੀਂ ਲੱਗਦਾ ਕਿਸੇ, ਸਾਦੇ ਰਹਿੰਦੇ ਸੀ। ਇਹ ਮਹਾਂਪੁਰਸ਼ਾਂ ਦੀ ਆਪੋ ਆਪਣੀ ਮਤੀ ਹੈ ਕਿਵੇਂ ਦੇ ਨੇ। ਬਾਬਾ ਸੰਤੋਖ ਸਿੰਘ ਜੀ ਜੋਤੀ ਸਰੂਪ ਵਾਲੇ, ਉਹਨਾਂ ਦਾ ਕਿਸੇ ਨੂੰ ਪਤਾ ਨਹੀਂ ਸੀ ਲੱਗਦਾ ਵੀ ਇਹ ਸਾਧੂ ਹੈ ਕਿ ਕੌਣ। ਲੰਗਰ ਵਿੱਚ ਲੰਗਰ ਪਕਾਈ ਜਾਣਾ, ਖੇਤ ਵਿੱਚ ਆਲੂ ਕੁੱਟੀ ਜਾਣਾ, ਇਹ ਜਦੋਂ ਪਹੁੰਚੇ ਸੇਵਾਦਾਰ ਨੂੰ ਪਹਿਚਾਣ ਨਹੀਂ ਆਏ ਵੀ ਕੋਈ ਸਾਧੂ ਨੇ। ਇਹਨਾਂ ਨੇ ਕਿਹਾ ਵੀ ਅਸੀਂ ਭਾਈ ਸਾਹਿਬ ਦਾ ਪਤਾ ਲੈਣਾ, ਸਾਨੂੰ ਉਹਨਾਂ ਨਾਲ ਬੜਾ ਪਿਆਰ ਹੈ, ਭਾਈ ਵੀਰ ਸਿੰਘ ਹੋਰਾਂ ਨਾਲ। ਬਾਬਾ ਹਰਨਾਮ ਸਿੰਘ ਜੀ ਕਹਿੰਦੇ, ਉਹਨਾਂ ਕਿਹਾ ਵੀ ਅੰਦਰ ਨਹੀਂ ਜਾ ਸਕਦੇ, ਰੋਕਿਆ। ਕਹਿੰਦੇ ਚਲੋ ਅੰਦਰ ਨਹੀਂ ਜਾ ਸਕਦੇ, ਬਾਹਰ ਉੱਥੇ ਮੰਜਾ ਸੀ ਉਹਦੇ 'ਤੇ ਬਹਿ ਗਏ ਚੌਂਕੜਾ ਮਾਰ ਕੇ, ਅਤੇ ਭਾਈ ਸਾਹਿਬ ਦੀ ਤੰਦਰੁਸਤੀ ਵਾਸਤੇ ਜਪਜੀ ਚੌਪਈ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਚੌਪਈ ਸਾਹਿਬ ਦਾ ਪਾਠ ਅਜੇ ਸੰਪੂਰਨ ਨਹੀਂ ਸੀ ਹੋਇਆ, ਅਤੇ ਜਿਹਦੀਆਂ ਮੈਂ ਤੁਹਾਡੇ ਨਾਲ ਕਵਿਤਾ ਦੀ ਗੱਲ ਕਰ ਰਿਹਾ, ਉਹ ਵੀ ਇਕੱਲਾ ਕਵੀ ਨਹੀਂ ਸੀ, ਉਹ ਵੀ ਸਾਧੂ ਸੀ ਭਾਈ ਵੀਰ ਸਿੰਘ। ਅੰਦਰੋਂ ਉਹਨਾਂ ਨੇ ਬੈਲ ਲਾਈ, ਸੇਵਾਦਾਰ ਅੰਦਰ ਗਿਆ, ਕਹਿੰਦੇ ਜਿਹੜੇ ਬਾਹਰ ਬੈਠੇ ਨੇ ਉਹਨਾਂ ਨੂੰ ਅੰਦਰ ਸੱਦ ਲਏ, ਅੰਦਰ ਬੁਲਾ ਲਿਆ। ਸੇਵਾਦਾਰ ਆਇਆ, ਉਹ ਬੁਲਾ ਕੇ ਲੈ ਕੇ ਗਿਆ। ਦੋਵਾਂ ਨੇ ਆਪਣੀ ਅੰਦਰਲੀ ਗੱਲ ਸਾਂਝੀ ਕੀਤੀ, ਵਾਪਸ ਆ ਗਏ। ਕਹਿਣ ਤੋਂ ਭਾਵ ਇਹ ਜਿਹੜੀਆਂ ਸ਼ਖਸੀਅਤਾਂ ਜਿਨ੍ਹਾਂ ਦੀ ਮੈਂ ਉਹਨਾਂ ਨੇ ਵਿਆਖਿਆ ਕੀਤੀ ਸਿੱਖੀ ਦੀ, ਇਸ ਤਰ੍ਹਾਂ ਸਹਿਜ ਸਰੋਵਰ ਵਿੱਚ ਟਿਕੇ ਰਹਿਣਾ, ਸਾਧ ਸੰਗਤ ਵਿੱਚ ਟਿਕੇ ਰਹਿਣਾ, ਇਹ ਉਹਨਾਂ ਦਾ ਤਖਤ। ਚੜ੍ਹ ਇੱਕ ਹੀ ਪੱਤ ਪੌੜੀਆਂ, ਨਿਰੰਕਾਰ ਗੁਰ ਸ਼ਬਦ ਸਹੇੜੀ। ਸੰਸਾਰ ਨੂੰ ਵੀ ਵਿਸਵੇ ਸੰਸਾਰ ਨੂੰ ਛੱਡ ਕੇ ਇੱਕਵੀਂ ਥਾਂ 'ਤੇ ਨਿਰੰਕਾਰ ਗੁਰੂ ਕੇ ਸ਼ਬਦ ਤੱਕ ਉਹ ਪਹੁੰਚੇ ਨੇ। ਕਹਿੰਦੇ ਗੁੰਗੇ ਦੀ ਮਠਿਆਈ ਹੈ, ਅਕਥ ਕਥਾ ਵਿਸਮਾਦ ਬਚੀੜੀ। ਇਹ ਜਿਹੜੀ ਦਾਤ ਗੁਰੂ ਵੱਲੋਂ ਜਿਨ੍ਹਾਂ ਨੂੰ ਬਖਸ਼ਿਸ਼ ਮਿਲੀ ਹੈ, ਕਹਿੰਦੇ ਗੁੰਗੇ ਦੀ ਮਠਿਆਈ ਹੈ, ਭਾਵ ਇਹਦੀ ਉਹ ਗੱਲ ਖੋਲ੍ਹ ਕੇ ਨਹੀਂ ਕਰ ਸਕਦੇ। ਇਹ ਤਾਂ ਉਹਦਾ ਹਜ਼ਾਰਵਾਂ ਲੱਖਵਾਂ ਹਿੱਸਾ ਹੋਵੇਗਾ ਜਿਹੜੀ ਕਥਾ ਹੁੰਦੀ ਹੈ, ਕਿ ਉਹਦੀ ਵਿਆਖਿਆ ਨਹੀਂ ਹੁੰਦੀ, ਉਹ ਇਸ ਤੋਂ ਅੱਗੇ ਹੈ। ਕਹਿੰਦੇ ਗੁਰਮੁਖ ਸੁਖ ਫਲ ਸਹਿਜ ਅਲੇੜੀ। ਗੁਰਮੁਖ ਸਹਿਜ ਅਵਸਥਾ ਦੇ ਵਿੱਚ ਇਸ ਤਰ੍ਹਾਂ ਇਸ ਦਾਤ ਦੇ ਵਿੱਚ ਟਿਕਦਾ ਹੈ ਭਾਈ ਸਾਹਿਬ ਨੇ। ਔਰ ਇਹਨਾਂ ਸਾਰੀਆਂ ਪੰਕਤੀਆਂ ਦੇ ਵਿੱਚ ਪੰਜਵੀਂ ਪੌੜੀ ਤੱਕ ਇਹ ਬਖਸ਼ਿਸ਼ ਕੀਤੀ, ਆਓ ਕੁਝ ਮਿੰਟ ਵਾਸਤੇ ਗੁਰੂ ਸ਼ਬਦ ਨਾਲ ਸਾਂਝ ਪਾਈ। ਸਾਰਿਆਂ ਨੇ ਬੋਲਣ ਦੀ ਕਿਰਪਾ ਕਰਨੀ। ਵਾਹਿਗੁਰੂ 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 ਵਾਹਿ
ਇੰਨਾ ਸਮਾਂ ਹੀ ਆਪ ਜੀ ਨੇ ਪ੍ਰਵਾਨ ਕਰਨਾ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਅੱਜ ਤੱਕ ਹੀ ਆਪ ਜੀ ਦੇ ਦਰਸ਼ਨ ਕਰਨੇ ਸਨ ਚਾਰ ਦਿਨਾਂ ਵਾਸਤੇ, ਤਾਂ ਸਾਰੀਆਂ ਸੰਗਤਾਂ ਨੇ ਬਹੁਤ ਬਖਸ਼ਿਸ਼, ਗੁਰਮੁਖ ਪਿਆਰੇ ਨਾਮ ਜਪਣ ਵਾਲਿਆਂ ਦੇ ਦਰਸ਼ਨ ਹੋਏ ਨੇ। ਫਿਰ ਵੀ ਤਿੰਨਕੋ ਕਿਆ ਉਪਦੇਸ਼ੀ ਹੈ ਜਿਨ ਗੁਰੂ ਨਾਨਕ ਦੇਵ। ਕਈ ਕਈ ਸਰੀਰ ਐਸੇ ਹੁੰਦੇ ਨੇ ਜਿਹੜੇ ਇਸ ਵਿਆਖਿਆ ਤੋਂ ਉੱਚੇ ਹੁੰਦੇ ਨੇ, ਇਹ ਵਿਚਾਰਾਂ ਉਹਨਾਂ ਦੇ ਮਾਫਕ ਨਹੀਂ ਆਉਂਦੀਆਂ, ਪਰ ਆਮ ਲੋਕਾਂ ਨਾਲ ਇਹ ਚੀਜ਼ ਇਸੇ ਤਰ੍ਹਾਂ ਸਾਂਝੀ ਕਰਨੀ ਪੈਂਦੀ। ਸੋ ਵੀ ਪ੍ਰਵਾਨ ਕਰਨ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਬਾਬਾ ਸੇਵਾ ਸਿੰਘ ਔਰ ਉਹਨਾਂ ਦੇ ਸਾਰੇ ਸਹਿਯੋਗੀ ਜੋ ਮਹਾਂਪੁਰਸ਼ਾਂ ਦੇ ਇਸ ਅਸਥਾਨ ਦੀ ਸੇਵਾ ਸਾਰਾ ਨਿਭਾ ਰਹੇ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਫੁੱਲਾਂ ਚੁੱਕਾਂ ਦੀ ਖਿਮਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।